ਜਸ ਪੰਜਾਬੀ ਦੇਖਦੇ ਹੋ ਸਾਇਦ ਅਸ਼ਕਨ ਮੇਰੇ ਵੱਲੋਂ ਪਿਆਰ ਭਰੀ ਸਿਸਟੀਕਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦੇ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ 25 ਸਾਲ ਪਹਿਲੇ ਯੂਨਾਈਟਿਡ ਸਟੇਟਸ ਦੇ ਵਿੱਚ ਰਿਪਬਲਿਕਨ ਵੋਟਰਜ਼ ਜ਼ਿਆਦਾ ਲਾਈਕਲੀ ਸਨ ਕੰਪੇਅਰਡ ਟੂ ਡੈਮੋਕ੍ਰੈਟਿਕ ਵੋਟਰਜ਼ ਟੂ ਹੈਵ ਅ ਕਾਲਜ ਡਿਗਰੀ ਅਗਰ ਪਾ ਅੱਜ ਦੀ ਗੱਲ ਕਰਦੇ ਆਂ the reverse is true aaj di date vich uh, democratic voters uh, in terms of uh, janandey college degree hegi that's 41% compared to only 30% of republican voters janandey college degree hegi agar apa republican party di gal karde ki ke kis ke tarah party change ho rahi hai main zyada lambe samay di gal nahi kar rahi sirf apa 25 30 saala di gal kari agar kis tarah republican party change ho rahi hai ਕਾਸ ਕਰਕੇ ਇਨ ਪਿਛਲੇ 4-5 ਸਾਲਾਂ ਬਾਅਦ ਜਦੋਂ ਤੋਂ ਪ੍ਰੈਜ਼ੀਡੈਂਟ 트럼ਪ ਰਿਪਬਲਿਕਨ ਪਾਰਟੀ ਦਾ ਇੱਕ ਨਵਾਂ ਚਿਹਰਾ ਬਣ ਕੇ ਅੱਗੇ ਆਏ ਹਨ ਅਗਰ ਤੁਸੀਂ ਅੱਜ ਦੀ ਗੱਲ ਕਰੋ ਇਸ ਇਲੈਕਸ਼ਨ ਇਲੈਕਸ਼ਨ 2020 ਦੇ ਰਿਜ਼ਲਟਸ ਡਿਕਲੇਅਰ ਹੋਣ ਤੋਂ ਬਾਅਦ ਜਿਸ ਤਰ੍ਹਾਂ ਪ੍ਰੈਜ਼ੀਡੈਂਟ 트럼ਪ ਨੇ ਕੁਝ ਲੀਗਲ ਚੈਲੰਜੇਜ਼ ਦੇ ਡਿਸਪਿਊਟਸ ਰੇਜ਼ ਕੀਤੀਆਂ ਇਲੈਕਸ਼ਨ ਰਿਜ਼ਲਟਸ ਨੂੰ ਲੈ ਕੇ ਰਿਪਬਲਿਕਨ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦੇ ਡਿਵੀਜ਼ਨਸ ਖੜੇ ਹੋ ਰਹੇ ਆ ਉਹ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਇਹ ਡਿਵੀਜ਼ਨਸ ਨਾ ਕਿ ਸਿਰਫ ਰਿਪਬਲਿਕਨ ਪਾਰਟੀ ਦੇ ਲੀਡਰਸ਼ਿਪ ਵਿੱਚ ਅੱਜ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਬਟ ਉਹਨਾਂ ਦੇ ਸਪੋਰਟਰਸ ਦੇ ਵਿੱਚ ਜੋ ਆਮ ਅਮਰੀਕਨ ਹੈਗਾ ਆਪਣੇ ਆਪ ਨੂੰ ਰਿਪਬਲਿਕਨ ਮੰਨਦਾ ਹੈ ਉਹ ਕਿਸ ਪਾਸੇ ਆਪਣੀ ਸਪੋਰਟ ਪਾ ਰਿਹਾ ਹੈ ਕੀ ਉਹ ਐਵਰੇਜ ਅਮਰੀਕਨ ਜੋ ਇੱਕ ਰਿਪਬਲਿਕਨ ਰਜਿਸਟਰਡ ਹੈਗਾ ਹੈ ਰਿਪਬਲਿਕਨ ਵੋਟ ਪਾ ਰਿਹਾ ਹੈ ਆ ਕੀ ਉਹ ਰਿਪਬਲਿਕਨ ਪਾਰਟੀ ਤੇ ਉਹਦੇ ਪਲੈਟਫਾਰਮ ਨਾਲ ਜੁੜਿਆ ਹੋਇਆ ਹੈ ਯਾ ਉਹ ਪ੍ਰੈਜ਼ੀਡੈਂਟ 트੍ਰੰਪ ਇੱਕ ਇੰਡੀਵਿਜੂਅਲ ਦੇ ਤੌਰ ਤੇ ਜੁੜਿਆ ਹੋਇਆ ਹੈ ਇਹਦੇ ਲਈ ਵੀ ਮੇਰੇ ਕੋਲ ਤੁਹਾਡੇ ਲਈ ਕੁਝ ਨੰਬਰਸ ਹਨ ਇਨਫੈਕਟ ਪਿਛਲੇ ਮਹੀਨੇ ਇੱਕ ਪੋਲ ਹੋਇਆ ਸੀ ਜਿਨੇ ਰਿਪਬਲਿਕਨ ਤੇ ਰਿਪਬਲਿਕਨ ਲੀਨਿੰਗ ਇੰਡੀਪੈਂਡੈਂਟਸ ਨੂੰ ਪੁੱਛਿਆ ਕਿ ਅਗਰ ਤੁਸੀਂ ਚੁਣਾ ਹੋਏ ਕਿ ਤੁਸੀਂ ਰਿਪਬਲਿਕਨ ਪਾਰਟੀ ਦੇ ਸਪੋਰਟਰ ਹੈਗੇ ਜਾਂ ਤੁਸੀਂ ਪ੍ਰੈਜ਼ੀਡੈਂਟ 트੍ਰੰਪ ਦੀ ਇੰਡੀਵਿਜੂਅਲ ਦੇ ਸਪੋਰਟਰ ਹੋ 58% ਆਲਮੋਸਟ 60% ਲੋਕਾਂ ਨੇ ਕਿਹਾ ਕਿ ਉਹ ਪ੍ਰੈਜ਼ੀਡੈਂਟ 트럼ਪ ਨੂੰ ਸਪੋਰਟ ਕਰਦੇ ਆ। ਸੋ ਅੱਜ ਜਦੋਂ ਇੱਕ ਵਾਰੀ ਫਿਰ ਇੰਨੀ ਜ਼ਿਆਦਾ ਲੀਗਲ ਤੁਸੀਂ ਕਹਿ ਲਓ ਬੈਟਲਸ ਖੜੀਆਂ ਹੋਈਆਂ ہیں ਪ੍ਰੈਜ਼ੀਡੈਂਟ 트럼ਪ ਦੇ ਉਹਨਾਂ ਦੇ ਕੈਂਪੇਨ ਵੱਲੋਂ ਇਲੈਕਸ਼ਨ ਰਿਜ਼ਲਟਸ ਨੂੰ ਲੈ ਕੇ ਕੰਟਰੀ ਵੀ ਡਿਵਾਈਡਿਡ ਹੈ, ਦਿ ਰਿਪਬਲਿਕਨ ਪਾਰਟੀ ਵੀ ਡਿਵਾਈਡਿਡ ਹੈ। ਰਿਪਬਲਿਕਨ ਪਾਰਟੀ ਦੇ ਵੱਖ-ਵੱਖ ਲੀਡਰਸ ਜਿਸ ਤਰ੍ਹਾਂ ਮਿਚ ਮਕੋਨਲ ਨੇ ਆਪਣੀ ਸਪੋਰਟ ਇਸ ਤੁਸੀਂ ਕਹਿ ਲਓ ਕਾਂਟੈਸਟ ਨੂੰ ਲੈ ਕੇ ਪ੍ਰੈਜ਼ੀਡੈਂਟ 트럼ਪ ਦੇ ਪਿੱਛੇ ਪਾਈ ਹੈ। ਕੁਝ ਕਹਿ ਰਹੇ ਕਿ ਨਹੀਂ ਪ੍ਰੈਜ਼ੀਡੈਂਟ 트럼ਪ ਦਾ ਬਿਲਕੁਲ ਹੱਕ ਬੰਦਾ ਹੈ ਕਿ ਉਹਨਾਂ ਨੂੰ ਰੀਕਾਉਂਟ ਮੰਗਣਾ ਚਾਹੀਦਾ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਡਿਸਕ੍ਰਿਪੈਂਸੀ ਕੋਈ ਹੇਰਾਫੇਰੀ ਹੋਈ ਹੈ ਈਵਨਦੋ ਇਸ ਹੇਰਾਫੇਰੀ ਦੇ ਕੋਈ ਵੱਡੇ ਲੈਵਲ ਤੇ ਹਲੇ ਐਵੀਡੈਂਸ ਕੋਈ ਸਬੂਤ ਨਹੀਂ ਡਿਸਕਵਰ ਹੋਇਆ ਬਟ ਕੁਝ ਰਿਪਬਲਿਕਨ ਪਾਰਟੀ ਦੇ ਮੈਂਬਰਸ ਹਨ ਤੁਸੀਂ ਕਹਿ ਲਓ ਫਾਰਮਰ ਇਲੈਕਟਿਡ ਅਫੀਸ਼ੀਅਲਸ ਜਿਨ੍ਹਾਂ ਨੇ ਕਿਹਾ ਕਿ ਨਹੀਂ ਇਲੈਕਸ਼ਨ ਡਿਸਾਈਡ ਹੋ ਚੁੱਕਿਆ ਹੈ ਹੁਣ ਟਾਈਮ ਟੂ ਮੂਵ ਔਨ ਆ ਗਿਆ ਕਿ ਸਾਨੂੰ ट्रांजिशन ਦੀ ਗੱਲ ਕਰਨੀ ਚਾਹੀਦੀ ਹੈ ਰਿਪਬਲਿਕਨ ਪਾਰਟੀ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਛੱਡ ਕੇ ਕਿੱਥੇ ਸਾਡੀ ਵਿਨਸ ਸੀਗੀਆਂ ਕਿੱਥੇ ਸਾਡੇ ਲਾਸਸਸ ਐਂਡ ਕਿਸ ਤਰ੍ਹਾਂ ਪਾਰਟੀ ਅੱਗੇ ਵਧ ਸਕਦੀ ਹੈ ਇਨ ਫੈਕਟ ਅਗਰ ਰਿਪਬਲਿਕਨ ਪਾਰਟੀ ਦੇ ਤੁਸੀਂ ਵੱਡੇ ਵਿਨਸ ਦੀ ਗੱਲ ਕਰੋ ਇਸ ਇਲੈਕਸ਼ਨ ਦੇ ਵਿੱਚ ਪਬਲਿਕਨ ਪਾਰਟੀ ਨੇ ਲਾਟੀਨੋ ਵੋਟਰਜ਼ ਦੇ ਨਾਲ ਹਿਸਪੈਨਿਕਸ ਦੇ ਨਾਲ ਖਾਸ ਕਰਕੇ ਫਲੋਰੀਡਾ ਵੰਗੂ ਸਟੇਟ ਦੇ ਵਿੱਚ ਬਹੁਤ ਵੱਡੇ ਗੇਨਸ ਪਾਏ ਇਨ ਫੈਕਟ ਜਿੱਥੇ ਕਾਫੀ ਲੋਕੀ ਇਹ ਅਸੂਮ ਕਰ ਰਹੇ ਸਨ ਕਿ ਪ੍ਰੈਜ਼ੀਡੈਂਟ 트੍ਰੰਪ ਨੂੰ ਇੰਨੇ ਵੱਡੇ ਲੈਵਲ ਤੇ ਇਲੈਕਸ਼ਨ ਦੇ ਵਿੱਚ ਸਪੋਰਟ ਤੇ ਵੋਟਸ ਨਹੀਂ ਮਿਲਣੀਆਂ ਸੀ ਕਿ ਉਹ ਬਿਲਕੁਲ ਗਲਤ ਸਾਬਿਤ ਹੋਏ ਪ੍ਰੈਜ਼ੀਡੈਂਟ 트੍ਰੰਪ ਦੀ ਸਪੋਰਟ ਵੱਡੇ ਲੈਵਲ ਤੇ ਹਲੇ ਵੀ ਹੈਗੀ ਬਟ ਸਾਡਾ ਕੁਐਸਚਨ ਇਹੀ ਬਣਦਾ ਹੈ ਕਿ ਇਹ ਸਪੋਰਟ ਪ੍ਰੈਜ਼ੀਡੈਂਟ 트੍ਰੰਪ ਇੱਕ ਇਨਸਾਨ ਹੋਣ ਦੇ ਨਾਤੇ ਉਹਨਾਂ ਦੇ ਪਿੱਛੇ ਪਈ ਹੈ ਲੋਕਾਂ ਦੀ اور ਪ੍ਰੈਜ਼ੀਡੈਂਟ ਟਰੰਪ ਐਜ਼ ਅ ਮੈਂਬਰ ਆਫ ਦ ਰਿਪਬਲਿਕਨ ਪਾਰਟੀ ਅਨੇਗਰ ਰਿਪਬਲਿਕਨ ਪਾਰਟੀ ਦੇ ਫਿਊਚਰ ਦੀ ਗੱਲ ਆਂਦੀ ਹੈ ਕਿਸ ਤਰ੍ਹਾਂ ਇਸ ਇਲੈਕਸ਼ਨ ਤੇ ਇਸ ਇਲੈਕਸ਼ਨ ਤੋਂ ਬਾਅਦ ਹੁਣ ਜੋ ਚੀਜ਼ਾਂ ਹੋ ਰਹੀਆਂ ਤੇ ਹੋਣ ਜਾਣੀਆਂ ਅੰਟਿਲ ਜਨੂਅਰੀ 20 ਜਦੋਂ ਨੈਕਸਟ ਪ੍ਰੈਜ਼ੀਡੈਂਟ ਨੂੰ ਨੈਗਰੇਟ ਨਹੀਂ ਕੀਤਾ ਜਾਂਦਾ ਉਹ ਕਿਸ ਤਰ੍ਹਾਂ ਰਿਪਬਲਿਕਨ ਪਾਰਟੀ ਦਾ ਫਿਊਚਰ ਨੂੰ ਸ਼ੇਪ ਕਰੇਗੀ ਇਨ ਫੈਕਟ ਜਿੱਥੇ ਪਾਰਟੀ ਦੇ ਫਿਊਚਰ ਦੀ ਗੱਲ ਆਂਦੀ ਹੈ ਅਗਰ ਆਪਾਂ ਡੋਨਰਸ ਦੀ ਗੱਲ ਕਰੀਏ ਜੋ ਲੋਕੀ ਸਭ ਤੋਂ ਤੁਸੀਂ ਕਹਿ ਲੋ ਲਾਰਜ ਸਕੇਲ ਲੈਵਲ ਤੇ ਪਾਰਟੀ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਦੇ ਆ ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਨੂੰ ਡਾਊਟਸ ਹਨ ਇਹ ਸਾਰੇ ਲੀਗਲ ਚੈਲੰਜਸ ਨੂੰ ਲੈ ਕੇ ਉਹਨਾਂ ਨੂੰ ਇਹ ਲੱਗਦਾ ਨਹੀਂ ਕੌਨਫੀਡੈਂਸ ਨਹੀਂ ਹੈਗਾ ਕਿ ਇਹਦੇ ਨਾਲ ਪ੍ਰੈਜ਼ੀਡੈਂਟ 트럼ਪ ਇਸ ਇਲੈਕਸ਼ਨ ਨੂੰ ਜਿੱਤ ਸਕਦੇ ਇਨ ਫੈਕਟ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਵੇਸਟ ਆਫ ਟਾਈਮ ਐਂਡ ਵੇਸਟ ਆਫ ਮਨੀ ਹੈਗਾ ਅਗਰ ਡੋਨਰਜ਼ ਹੀ ਤੁਹਾਨੂੰ ਕਹਿ ਰਿਹਾ ਹੈ ਕਿ ਜੋ ਤੁਹਾਡੇ ਐਕਸ਼ਨਸ ਹਨ ਇੱਕ ਵੇਸਟ ਆਫ ਟਾਈਮ ਹੈ ਕਿ ਉਹ ਆਪਣੀ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਨਹੀਂ ਦੇਣਾ ਚਾਹੁੰਦੇ That's a big red flag. Party President Trump But President Trump financial troubles ni hai In fact, agar gal fundraising the already President Trump the campaign ne vakria fundraising committees already create kar And o paisa na, fine print which likha hai jauga uh, legal battles han recount le. ਉਹ ਜਾਊਗਾ ਪਾਰਟੀ ਦੀ ਜੋ ਇੱਕ ਸਕਿਊਜ਼ ਮੀ ਪ੍ਰੈਜ਼ੀਡੈਂਟ 트੍ਰੰਪ ਦੀ ਕੈਂਪੇਨ ਸੀਗੀ ਉਹਦਾ ਜੋ ਡੈਟ ਹੈਗਾ ਉਹਨੂੰ ਰਿਟਾਇਰ ਕਰਨ ਲਈ ਐਂਡ ਇਸ ਚੀਜ਼ ਨੂੰ ਲੈ ਕੇ ਵੀ ਕੁਝ ਰਿਪਬਲਿਕਨ ਡੋਨਰਸ ਤੇ ਰਿਪਬਲਿਕਨ ਲੀਡਰਸ ਨੇ ਬਹੁਤ ਤੁਸੀਂ ਕਹਿ ਲੋ ਕਨਸਰਨ ਜਤਾਇਆ ਹੈ ਕਿ ਇੱਕ ਪਾਸੇ ਤੁਹਾਡੇ ਕੋਲ ਜਾਰਜia ਵਾਂਗੂ ਸਟੇਟ ਹੈਗੀ ਜਿੱਥੇ ਦੋ ਸੈਨੇਟ ਸੀਟਸ ਇਸ ਵੇਲੇ ਰਿਪਬਲਿਕਨ ਸੈਨੇਟ ਸੀਟਸ ਇੱਕ ਰਨ ਆਫ ਇਲੈਕਸ਼ਨ ਪਾਸੇ ਜਾ ਰਿਹਾ ਰਨ ਆਫ ਇਲੈਕਸ਼ਨ ਐਜ਼ ਇਨ ਕਿ ਜਾਰਜia ਦੇ ਵਿੱਚ ਇਹ ਦੋ ਸੈਨੇਟ ਸੀਟਸ ਦਾ ਜੋ ਕੰਟੈਸਟ ਸੀਗਾ ਉਹ ਇੰਨਾ ক্লোਜ਼ ਮਾਰਜਨ ਸੀਗਾ ਥੈਟ ਉਸ ਸਟੇਟ ਦੇ ਲਾਅ ਦੇ ਮੁਤਾਬਿਕ ਇਹ ਇਲੈਕਸ਼ਨ ਉਹ ਸੈਨੇਟ ਸੀਟ ਸੀਟਸ ਲਈ ਫਿਰ ਹੋਲਡ ਕੀਤਾ ਜਾਏਗਾ ਜਨਵਰੀ ਦੇ ਵਿੱਚ ਸੋ ਇੱਕ ਪਾਸੇ ਜਾਰਜia ਦੇ ਵਿੱਚ ਸੈਨੇਟ ਦੀ ਕੰਟਰੋਲ ਜੋ ਇਸ ਵੇਲੇ ਰਿਪਬਲਿਕਨ ਪਾਰਟੀ ਕੋਲ ਹੈਗੀ ਬਟ ਸ਼ਾਇਦ ਉਹ ਚੀਜ਼ ਚੇਂਜ ਹੋ ਸਕਦੀ ਹੈ ਇਹ ਚੀਜ਼ ਕੰਟੈਂਸ਼ਨ ਵਿੱਚ ਹੈਗੀ ਦੂਜੇ ਪਾਸੇ ਫੰਡ ਰੇジング ਪ੍ਰੈਜ਼ੀਡੈਂਟ 트ੰਪ ਦੀ ਕੈਂਪ ਵੱਲੋਂ ਜਾਰੀ ਹੋ ਰਹੀ ਹੈ ਉਹਨਾਂ ਦੀ ਆਪਣੀ ਰੀ-ਇਲੈਕਸ਼ਨ ਡੈਟ ਨੂੰ ਰਿਟਾਇਰ ਕਰਨ ਲਈ ਉਹਨਾਂ ਦੇ ਆਪਣੇ ਲੀਗਲ ਚੈਲੰਜਸ ਨੂੰ ਫਾਈਟ ਕਰਨ ਲਈ ਸੋ ਇਸ ਸ਼ੀਜ਼ ਨੂੰ ਲੈ ਕੇ ਮੈਂ ਇੱਕ ਵਾਰ ਫੇਰ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆਂ ਅਗਰ ਤੁਸੀਂ ਸਾਨੂੰ ਵੇਖ ਰਹੇ ਹੋ ਤੁਸੀਂ ਰਿਪਬਲਿਕਨ ਹੈਗੇ ਹੋ ਤੁਸੀਂ ਰਜਿਸਟਰਡ ਰਿਪਬਲਿਕਨ ਜਾਂ ਇਸ ਬਾਰੀ ਤੁਸੀਂ ਰਿਪਬਲਿਕਨ ਵੋਟ ਪਾਈ ਹੈ ਤੁਸੀਂ ਕਿਸ ਪਾਸੇ ਆਪਣੇ ਆਪ ਨੂੰ ਗਿੰਦੇ ਹੋ ਕਿ ਤੁਸੀਂ ਇੱਕ 트럼ਪ ਸਪੋਰਟਰ ਹੋ ਜਾਂ ਤੁਸੀਂ ਰਿਪਬਲਿਕਨ ਸਪੋਰਟਰ ਹੋ ਐਂ ਅਗਰ ਤੁਸੀਂ ਰਿਪਬਲਿਕਨ ਸਾਈਡ ਤੇ ਆਪਣੇ ਆਪ ਨੂੰ ਗਿੰਦੇ ਹੋ ਦੈਨ ਵਾਟ ਡੂ ਯੂ ਸਿੰਕ ਅਬਾਊਟ ਜੋ ਪ੍ਰੈਜ਼ੀਡੈਂਟ 트럼ਪ ਹੁਣ ਕਰ ਰਿਹਾ ਹੈ ਕਿ ਇਨ ਐਕਸ਼ਨਸ ਦੇ ਨਾਲ ਰਿਪਬਲਿਕਨ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ ਫਾਇਦਾ ਹੋਏਗਾ ਜਾਂ ਕੀ ਇਹ ਇੱਕ ਇੰਡੀਵਿਜੂਅਲ ਤੌਰ ਤੇ ਪ੍ਰੈਜ਼ੀਡੈਂਟ 트럼ਪ ਨੂੰ ਫਾਇਦਾ ਪਹੁੰਚਾਨ ਵਾਲੀ ਤੁਸੀਂ ਕਹਿ ਲੋ ਕੈਂਪੇਨ ਹੈਗੀ ਇਸ ਚੀਜ਼ ਨੂੰ ਡਿਸਕਸ ਕਰਨ ਲਈ ਆਫਕੋਰਸ ਸਟਾਨਾਲਿਕ ਬਹੁਤ ਹੀ ਖਾਸ ਗੈਸਟ ਜੁੜਨਗੇ ਬਟ ਮੈਂ ਚਾਹਨੀ ਹਾਂ ਤੁਸੀਂ ਵੀ ਕਨਵਰਸੇਸ਼ਨ ਦੇ ਵਿੱਚ ਇਨਵੋਲ ਹੋ ਤੇ ਸਾਨੂੰ ਦੱਸੋ ਇੱਕ ਰਿਪਬਲਿਕਨ ਹੋਣ ਦੇ ਨਾਤੇ ਕਿ ਤੁਸੀਂ ਆਪਣੇ ਆਪ ਨੂੰ ਉਸ ਸਾਈਡ ਤੇ ਵਿੱਚ ਕਾਊਂਟ ਕਰਦੇ ਹੋ ਤੁਹਾਡਾ ਕੀ ਖਿਆਲ ਹੈ ਕਿ ਇੱਕ ਪਾਰਟੀ ਦਾ ਫਿਊਚਰ ਕੀ ਹੋਲਡ ਕਰਦਾ ਹੈ ਇਸ ਇਲੈਕਸ਼ਨ ਤੋਂ ਬਾਅਦ ਗੱਲ ਇਸ ਤਰ੍ਹਾਂ ਚੱਲ ਜਾਈ ਰਹੀ ਬ੍ਰਿਕ ਤੋਂਸਪਾਰ ਵਿਕਤਬਤ ਸਾਨੂੰ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿ ਰਿਪਬਲਿਕਨ ਪਾਰਟੀ ਦਾ ਯੂਨਾਈਟਿਡ ਸਟੇਟਸ ਵਿੱਚ ਕੀ ਫਿਊਚਰ ਹੈ ਜਿੱਥੇ ਪ੍ਰੈਜ਼ੀਡੈਂਟ 트੍ਰੰਪ ਇੱਕ ਰਿਪਬਲਿਕਨ ਪਾਰਟੀ ਦੇ ਹੁਣ ਨਵੇਂ ਚਿਹਰੇ ਬਣ ਕੇ ਇਸ ਇਲੈਕਸ਼ਨ ਨੂੰ ਨਹੀਂ ਜਿੱਤ ਸਕਕੇ ਰਿਪਬਲਿਕਨ ਪਾਰਟੀ ਇਟਸੈਲਫ ਜੋ ਡਾਊਨ ਬਾਇਡ ਕੁਝ ਕੈਂਡੀਡੇਟ ਸੀਗੇ ਦੇ ਡਿਡ ਪ੍ਰੀਲੀ ਵੈਲ ਉਹਨਾਂ ਨੇ ਆਪਣੀ ਮੈਜੋਰਿਟੀ ਸੈਨੇਟ ਵਿੱਚ ਮੇਨਟੇਨ ਕੀਤੀ ਹੈ ਬਟ ਪ੍ਰੈਜ਼ੀਡੈਂਟ 트੍ਰੰਪ ਤੇ ਹੁਣ ਲੀਗਲ ਚੈਲੰਜੇਜ਼ ਦੇ ਨਾਲ ਤੇ ਕਿਸ ਤਰ੍ਹਾਂ ਪਾਰਟੀ ਖੁਦ ਡਿਵਾਈਡਿਡ ਮਹਿਸੂਸ ਕਰ ਰਹੀ ਐ ਇਨ ਚੈਲੰਜੇਜ਼ ਨੂੰ ਲੈ ਕੇ ਇਹਦੀ ਗੱਲ ਕਰਨ ਲਈ ਸਾਨੂੰ ਜੁਆਇਨ ਕਰ ਰਿਹਾ ਅੱਜ ਦੇ ਬਹੁਤ ਹੀ ਸਪੈਸ਼ਲ ਗੈਸ ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਜੁਆਇਨਿੰਗ ਅਸ ਫਰਮ ਇੰਡੀਆਨਾਪੋਲਿਸ ਮਿਸਟਰ ਗੁਰਿੰਦਰ ਸਿੰਘ ਕਾਲਸਾ ਜੀ ਗੁਰਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਜੋ ਨਹੀਂ ਜਾਣਦੇ ਗੁਰਿੰਦਰ ਜੀ ਫਾਊਂਡਰ ਆਫ 6 ਪੈਕ 6 ਮੀਡੀਆ ਰਿਸਿਪੀਐਂਟ ਆਫ ਦ ਪ੍ਰੈਸਟੀਜੀਅਸ ਰੋਜ਼ਾ ਪਾਰਕਸ ਟ੍ਰੇਲ ਬਲੇਜ਼ਰ ਅਵਾਰਡ ਜੋ ਤੁਹਾਨੂੰ ਪਿਛਲੇ ਸਾਲ ਮਿਲਿਆ ਸੀ ਫॉर ਯੂਅਰ ਐਕਸ਼ਨਸ ਇਨ 2007 ਜਿਹਦੇ ਕਰਕੇ ਜੋ ਸਿੱਖਾਂ ਨੂੰ TSA 에어ਪੋਰਟਸ ਦੇ ਵਿੱਚ ਆਪਣੇ ਕੇਸ ਦੇ ਨਾਲ ਇਸ਼ੂਜ਼ ਆਉਂਦੇ ਸੀ ਉਹਦੇ ਲਈ ਤੁਸੀਂ ਲੜਾਈ ਲੜੀ ਤੁਸੀਂ ਜਿੱਤ ਪ੍ਰਾਪਤ ਕੀਤੀ ਤੇ ਅੱਜ ਜਦੋਂ ਕੋਈ ਵੀ ਸਿੱਖ 에어ਪੋਰਟ ਥਰੂ ਲੰਘਦਾ ਹੈ ਉਨਾ ਦੇ ਰਿਲੀਜੀਅਸ ਲਿਬਰਟیز ਨੂੰ ਆਨਰ ਕੀਤਾ ਜਾਂਦਾ ਹੈ TSA ਪਰਸਨਲਸ ਅ देन आल्सो थैंक यू फॉर दैट ਗ੍ਰਿੰਦਰ ਜੀ ਨਿਕ ਬੜੀ ਫੇਅਰ वेलकम ਟੂ ਆਰ ਪ੍ਰੋਗਰਾਮ ਅ ਪਿਛਲੀ ਵਾਰ ਤੁਸੀਂ ਆਏ ਸੀ ਬਟ ਸਾਡੇ ਕੋਲ ਸਮਾਂ ਨਹੀਂ ਜ਼ਿਆਦਾ ਸੀਗਾ ਸੋ ਇਟਸ ਹੈਪੀ ਗੁੱਡ ਟੂ ਹੈਵ ਯੂ ਬੈਕ ਗ੍ਰਿੰਦਰ ਜੀ ਤੁਸੀਂ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਇਨਵੋਲਡ ਹੋ ਇਸ ਤਰ੍ਹਾਂ ਜੋ TSA ਪਾਲਿਸੀ ਦੀ ਗੱਲ ਆਪਾਂ ਕੀਤੀ ਉਹਨੂੰ ਚੇਂਜ ਕਰਨ ਲਈ ਉਹਨੂੰ ਇਨੈਕਟ ਕਰਨ ਲਈ ਤੁਸੀਂ ਵੱਖ-ਵੱਖ ਲੈਵਲ ਆਫ ਪੋਲੀਟੀਸ਼ੀਅਨਸ ਦੇ ਨਾਲ ਕੰਮ ਕੀਤਾ ਹੈ ਤੇ ਦੇ ਸਿਸਟਮ ਦੇ ਨਾਲ ਵਾਕਿਵੋ ਤੁਸੀਂ ਆਪਣੀ ਵੀ ਕੈਂਪੇਨ ਰਨ ਕੀਤੀ ਹੋਈ ਹੈ ਆਮ ਈਵਨ ਥੋ ਯੂ ਆਰ ਸੈਲਫ ਪ੍ਰੋਕਲੇਮਡ ਰਜਿਸਟਰਡ ਰਿਪਬਲਿਕਨ ਸਭ ਤੋਂ ਪਹਿਲੀ ਗੱਲ ਹੋਈ ਸੀ ਥੈਟ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਡਾਊਨ ਬੈਲੇਟ ਪਾਵੇ ਰਿਪਬਲਿਕਨ ਵੋਟ ਕੀਤਾ ਬਟ ਪ੍ਰੈਜ਼ੀਡੈਂਟਲੀ ਤੁਸੀਂ ਬਾਈਡਨ ਨੂੰ ਵੋਟ ਪਾਈ ਸੋ ਯੂ ਆਰ ਦਾ ਪਰਫੈਕਟ ਐਗਜ਼ਾਮਪਲ ਆਫ ਕਿ ਅੱਜ ਜਦੋਂ ਰਿਪਬਲਿਕਨ ਪਾਰਟੀ ਦੇ ਵਿੱਚ ਆਪਾਂ ਡਿਵੀਜ਼ਨ ਦੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੋ ਰਹੀ ਹੈ ਸਭ ਤੋਂ ਪਹਿਲੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਇਸ ਇਲੈਕਸ਼ਨ ਨੂੰ ਲੈ ਕੇ ਇਹ ਰਿਜ਼ਲਟਸ ਨੂੰ ਲੈ ਕੇ ਇਸ ਪੂਰੇ ਆਫਟਰਮੈਥ ਨੂੰ ਲੈ ਕੇ ਤੁਹਾਡੇ ਕੀ ਖਿਆਲ ਹਨ ਥੈਂਕ ਯੂ ਬੜਾ ਅੱਛਾ ਤੁਸੀਂ ਕੁਐਸਚਨ ਕੀਤਾ ਨਾਲੇ ਥੈਂਕ ਯੂ ਪਹਿਲੀ ਗੱਲ ਤਾਂ ਜਿੰਨੇ ਵੀ ਤੁਹਾਡੇ ਸਰੋਤੇ ਨੇ ਦਰਸ਼ਕ ਨੇ ਦੇਖਣ ਵਾਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਸ ਤਰ੍ਹਾਂ ਕਿ ਪਿਛਲੇ ਤੁਸੀਂ ਜਦੋਂ ਕਰ ਰਹੇ ਸੀਗੇ ਵਾਈਟ ਹਾਊਸ ਟੂ ਯੂਅਰ ਹਾਊਸ ਉਹਦੇ ਵਿੱਚ ਅਸੀਂ ਐਡਮਿਟ ਕੀਤਾ ਸੀਗਾ ਕਿ ਆਮ ਸਪੋਰਟਿੰਗ ਬਾਈਡਨ ਇਵਨ ਥੋਅ ਮੇਰੇ ਰਜਿਸਟਰਡ ਅ ਰਿਪਬਲਿਕਨ ਉਹਦਾ ਇੱਕ ਮੇਨ ਬਾਕੀ ਚੀਜ਼ਾਂ ਨੂੰ ਛੱਡ ਕੇ ਜੇ ਅਸੀਂ ਇੱਕੋ ਹੀ ਨੂੰ ਗੱਲ ਲਵੋ ਕਿ ਅਸੀਂ ਆਪਣੇ ਐਜ਼ ਅ ਸਿੱਖ ਸਾਨੂੰ ਵੀ ਸੋਚਣਾ ਚਾਹੀਦਾ ਸੀ ਕਿ ਅਸੀਂ ਬਾਈਡਨ ਨੂੰ ਵੋਟ ਕਿਉਂ ਪਾ ਰਹੇ ਹਾਂ ਜਾਂ ਉਹਨੂੰ ਕਿਉਂ ਨਹੀਂ ਪਾ ਰਹੇ ਉਹਦਾ ਸਭ ਤੋਂ ਵੱਡਾ ਮੇਨ ਸਾਡੇ ਵਾਸਤੇ ਹੈਗਾ ਕਿ 55% অর ਮੋਰ ਜੇ ਨਿਆਵੀ ਬੁੱਲਿੰਗ ਹੁੰਦੀਆਂ ਨੇ ਸਕੂਲਸ ਦੇ ਵਿੱਚ ਉਹਨਾਂ ਦੇ ਜਿਹੜੇ ਜਿਹੜਾ ਮੋਸਟ ਇੰਪੈਕਟ ਪੈਂਦਾ ਉਹ ਸਿੱਖ ਬੱਚਿਆਂ ਨੂੰ ਪੈਂਦਾ ਕਿਉਂਕਿ ਉਹਨਾਂ ਦੀ ਉਹਨਾਂ ਦੀ ਦਸਤਾਰ ਬੱਜੀ ਹੁੰਦੀ ਹੈ ਉਹਨਾਂ ਦੇ ਪਟਕਾ ਹੁੰਦਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਆਰ ਦੀ ਮੋਸਟ ਕਾਮਨ ਟਾਰਗੇਟ ਕਿਉਂ ਕਿਉਂਕਿ ਬੁੱਲਿੰਗ ਹੈ ਐਂਡ 트럼ਪ ਇਜ਼ ਦੀ ਬਿਗੇਸਟ ਬੁੱਲੀ ਇਨ ਦੀ ਵਰਲਡ ਸੋ ਇਸ ਕਰਕੇ ਸਾਨੂੰ ਉਹਨੇ ਪੋਜ਼ਿਟਿਵ ਨੋਟ ਯੂ نو ਬਾਕੀ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਤੁਸੀਂ ਜਿਹੜਾ ਕੁਐਸਚਨ ਪੁੱਛਿਆ ਕਿ ਏ ਜ ਮੇਰੇ ਨਾਲ ਹੀ ਇਦਾਂ ਨਹੀਂ ਸੀ ਹੈਗਾ ਬਹੁਤ ਸਾਰੇ ਜਿਹੜੇ ਲੋਕ ਸੀ ਇਹਦੀਆਂ ਜਿਹੜੀਆਂ ਪਾਲਿਸਿਸ ਤੋਂ ਖਾਸ ਕਰਕੇ ਸਬ ਜਿਹੜਾ ਇਹਦਾ ਵੱਡਾ ਇਸ ਮਤਲਬ ਕਿ ਉਹਨੇ ਜਿੰਨਾ ਵੀ ਕਾਰਵਾਈ ਹੋਂ ਤੱਕ ਕੀਤੀ ਹੈ ਕਨਸਪਰੇਸੀ ਬੇਸਡ ਕੀਤੀ ਹੈ ਐਂਡ ਉਹਨੇ ਪੋਲਰਾਈਜ਼ ਕੀਤਾ ਦੇ ਕੋਣ ਤੁਸੀਂ ਆਹ ਬਲਾਓ ਕਿ ਇਹ ਦੂ ਵੱਡੀ ਪੋਲਰਾਈਜੇਸ਼ਨ ਦਾ ਉਹਨੇ ਖੁਦ ਸਬੂਤ ਦਿੱਤਾ ਕਿ ਹੱਫ ਆਫ ਦੀ ਜਿਹੜੀ ਪਪੂਲੇਸ਼ਨ ਹੈ ਉਹਨੂੰ ਓਵਰ ਵੈਲਮਿੰਗਲੀ ਉਹਨੂੰ ਵੀ ਵੋਟ ਪਾਈ ਹੈ ਜਿਸ ਤਰ੍ਹਾਂ ਕਿ ਮੋਰ ਥੈਨ 70 ਬਿਲੀਅਨ ਵੋਟਸ ਜਿਹੜੀਆਂ ਵਾਈਨ ਨੇ ਔਰ ਮੋਜੋਰਟੀ ਆਫ ਥੈਮ ਆਰ ਵਾਈਟ ਪੀਪਲ ਇਹਦਾ ਮਤਲਬ ਕਿ ਇਤਨਾ ਕਿਤੇ ਉਹ ਜਿਹੜੇ ਲੋਕ ਨੇ ਉਹਦੇ ਨਾਲ ਬਹੁਤ ਜ਼ਿਆਦਾ ਉਹਦੇ ਉਹਦੀ ਜੈਲੀਬਦੀ ਰੈਟ੍ਰਿਕ ਹੈਗਾ ਉਹਦੇ ਨਾਲ ਸਪੋਰਟ ਕਰਦੇ ਨੇ ਔਰ ਜਿਸ ਤਰ੍ਹਾਂ ਤੁਸੀਂ ਹੁਣੇ ਹੀ ਦੱਸਿਆ ਕਿ ਜਿਹੜਾ ਇਹਨਾਂ ਦਾ ਆਪਸ ਚ ਜਿਹੜਾ ਬਹੁਤ ਸਾਰੇ ਲੋਕ ਨੇ ਜਿਹੜੇ ਰਿਪਬਲਿਕਨ ਪਾਰਟੀ ਨੂੰ ਨਹੀਂ ਸਪੋਰਟ ਕਰ ਰਹੇ ਪਰ 트럼ਪ ਨੂੰ ਸਪੋਰਟ ਕਰ ਰਹੇ ਨੇ ਇਹੀ ਰੀਜ਼ਨ ਹੈ ਰਾਈਟ ਨਾਓ ਮੇਨ ਰੀਜ਼ਨ ਇਹੀ ਹੈ ਕਿ ਜਿਹੜਾ 트럼ਪ ਨੂੰ ਦੀ ਸਪੋਰਟ ਜ਼ਿਆਦਾ ਹੈ ਤਾਹੀ ਜਿਹੜਾ ਮਿਚ ਮਕਾਉਣ ਨਾਲ ਆਇਆ ਜਾਂ ਜਿੰਨੇ ਵੀ ਇਸ ਟਾਈਮ ਲੀਡਰ ਨੇ ਉਹ ਇੱਕਦਮ ਉਹਦੇ ਤੋਂ ਪਾਸਾ ਨਹੀਂ ਵਟ ਸਕਦੇ ਕਿਉਂਕਿ ਸਾਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਹੁਣ ਰਨ ਆਫ ਆ ਰਹੀਆਂ ਨੇ 조ਰਜੀਆ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਉਹਦੀ ਸਪੋਰਟ ਦੀ ਲੋੜ ਹੈ ਹੌਲੀ ਹੌਲੀ ਡੈਸੀਪੇਟ ਹੋਏਗਾ ਪਰ ਇਸ ਟਾਈਮ ਈਵਨ ਦੋ ਉਹ ਹਾਰ ਗਿਆ ਉਹਦੇ ਬਾਵਜੂਦ ਵੀ ਉਹਦੀ ਜਿਹੜੀ ਪਪੂਲੈਰਿਟੀ ਕਰਕੇ ਜਿਹੜੀਆਂ ਡਾਊਨ ਬੈਲਟ ਕਾਂਗਰਸ ਦੀਆਂ ਵੀ ਔਰ ਸੈਨੇਟ ਦੀ ਵੀ ਮੈਜੋਰਟੀ ਮੇਨਟੇਨ ਕਰਕੇ ਰੱਖੇ ਨੇ ਉਹਦੇ ਕਰਕੇ ਨਾਓ ਦੇ ਆਰ ਵੈਰੀ ਫੀਅਰਫੁਲ ਦੂਸਰਾ ਜਿਹੜੇ ਕਾਫੀ ਜਿਹੜੇ ਹੋਪਫੁਲ ਕੈਂਡੀਡੇਟਸ ਨੇ ਜਿਨ੍ਹਾਂ ਨੇ 2024 ਦੇ ਵਿੱਚ ਲੜਨਾ ਹੈ ਦੇ ਕੈਨ ਨਾਟ ਅਫੋਰਡ ਟੂ ਆਈਸੋਲੇਟ ਟਰੰਪ ਉਹਨਾਂ ਉਹਨਾਂ ਨੂੰ ਵੀ ਟਰੰਪ ਦੀ ਬਾਣੀ ਹੀ ਬੋਲਣੀ ਪਏਗੀ ਇਹਦਾ ਇੱਕ ਨਿਚੋੜ ਦੇਖੋ ਨਿਚੋੜ ਦੇਖੋ ਇਹ ਹੈ ਕਿ ਉਹ ਐਡਾ ਵੱਡਾ ਬੁੱਲੀ ਹੈ ਕਿ ਉਹਨੇ ਹੁਣ ਇਲੈਕਸ਼ਨ ਹਾਰਨ ਤੋਂ ਬਾਅਦ ਹੀ ਇਸ ਬੁੱਲਿੰਗ ਏਵਰੀ ਰਿਪਬਲਿਕਨ ਲੀਡਰ ਟੂ ਬ੍ਰਿੰਗ ਹਿਮ ਔਨ ਹਿਸ ਔਨ ਹਿਸ ਟਰਮਸ ਜੀ ਬਟ ਗੁਰਿੰਦਰ ਜੀ ਅਮ you know uh, of course jo legal battle chal rahi hai various states de vich trump campaign walon recount efforts nu laake te kuch illegal voting de tumsi keh lo claims nu laake um let's say agar ap hypothetical kaye ke they go nowhere hai na unna da kuch nahi banda january 20 tarikh nu jo biden nu nawa president da qarar ditta janda official taur te us swarnan ho jande hai ਉਮ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਪ੍ਰੈਜ਼ੀਡੈਂਟ 트੍ਰੰਪ ਦਾ ਉਸ ਚੀਜ਼ ਦੇ ਬਾਵਜੂਦ ਵੀ ਰਿਪਬਲਿਕਨ ਪਾਰਟੀ ਤੇ ਇੰਨਾ ਕੰਟਰੋਲ ਹੋਏਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਪਾਰਟੀ ਬਿਨਾਂ 트੍ਰੰਪ ਦੇ ਅੱਗੇ ਵਧ ਸਕਦੀ ਹੈ ਬਿਨਾ ਡ੍ਰੰਪ ਤੋਂ ਅੱਗੇ ਲੌਂਗ ਟਰਮ 'ਚ ਤਾਂ ਬਿਨਾ ਡ੍ਰੰਪ ਤੋਂ ਹੀ ਅੱਗੇ ਵਧਣਾ ਪੈਣਾ ਹੈ ਹੁਣ ਉਹਦੇ ਤਾਂ ਸ਼ਾਰਟ ਟਰਮ ਦੇਖ ਰਹੇ ਨੇ ਜਿਹੜਾ ਕਿ ਹੁਣ ਜਿਹੜਾ ਜੌਰਜੀਆ ਦੇ ਵਿੱਚ ਦੁਵਾਰਾ ਦੋ ਬਾਇਲੈਕਸ਼ਨ ਆ ਗਏ ਨੇ ਜਿਹਨੂੰ ਰਨ ਆਫ ਕਹਿੰਦੇ ਨੇ ਤੇ ਉਹਦੇ ਦੇ ਵਿੱਚ ਉਹਦੇ ਬਾਵਜੂਦ ਇਹ ਹੈਗਾ ਕਿ ਅੱਗੋਂ ਜਿਹੜਾ ਜਿੰਨੇ ਵੀ ਪੋਟੈਂਸ਼ਲ ਕੈਂਡੀਡੇਟਸ ਹੈਗੇ ਨੇ ਜੀਓਪੀ ਦੇ 2024 ਦੇ ਪ੍ਰੈਜ਼ਿਡੈਂਸ਼ੀਅਲ ਇਲੈਕਸ਼ਨ ਵਾਸਤੇ ਉਹਨਾਂ ਨੂੰ ਇਹਦੇ ਇਨ੍ਹਾਂ ਤੇ ਆਸਰਾ ਲੈਣਾ ਪਏਗਾ ਪਰ ਇਹਦਾ ਸਹੀ ਮੁਲਿਆंकन ਕਿੰਨੀ ਮਾੜੇ ਤਰੀਕੇ ਨਾਲ ਇਹ ਤੋਂ ਨਿਕਲਦਾ ਹੈ ਉਹਦੇ ਉੱਤੇ ਡਿਪੈਂਡ ਕਰੇਗਾ ਜਾਂ 20 2022 ਦੇ ਵਿੱਚ ਜਿਹੜਾ ਮਿਡ ਟਰਮ ਇਲੈਕਸ਼ਨਸ ਨੇ ਉਹਦੇ ਵਿੱਚ ਕੀ ਇੰਪੈਕਟ ਰਹੇਗਾ ਪਰ ਮੇਰੇ ਹਿਸਾਬ ਨਾਲ 트াম্প ਦਾ ਜਿਹੜਾ ਉਹ ਆਪਣਾ ਪੂਰਾ ਰੈਲੇਵੈਂਸ ਬਣਾ ਕੇ ਰੱਖੇਗਾ ਕਿਉਂਕਿ ਇੱਕ ਤਾਂ ਉਹ ਇੱਕ ਮੰਨਰਾਕ ਰੱਖਿਆ ਕਿ ਆਈ ਮੇ ਰਨ ਅਗੇਨ ਇਫ ਯੂ ਵਿਲ ਨਾਟ ਸਪੋਰਟ ਮੀ ਆਈ ਵਿਲ ਰਨ ਅਗੇਨ ਸੋ ਉਹ ਉਹ ਆਪਣੀ ਨਾ ਜਿਵੇਂ ਕਸ਼ਿਸ਼ ਹੁੰਦੀ ਹੈ ਧਰ ਕਿਉਂਕਿ ਹਰ ਚੀਜ਼ ਗ੍ਰੈਵਿਟੀ ਤੇ ਖੜੀ ਹੈ ਧਰਤੀ ਦੀ ਸੂਰਜ ਦੇ ਨਾਲ ਕਸ਼ਿਸ਼ ਹੈ ਔਰ ਉਹਦੀ ਗ੍ਰੈਵਿਟੀ ਦੇ ਨਾਲ ਚੱਲ ਰਹੀ ਹੈ ਇਸੇ ਤਰ੍ਹਾਂ ਉਹ ਆਪਣੀ ਗ੍ਰੈਵਿਟੀ ਬਣਾ ਕੇ ਰੱਖੇਗਾ ਕਿਉਂਕਿ ਹੀ 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 ਕੈਨ ਮੇਕ ਇਟ ਈਜ਼ਲੀ ਬਾਈ ਪੋਲਰਾਈਜੇਸ਼ਨ ਬਾਈ ਯੂ نو ਦੇ ਜਿਹੜੀ ਰੈਸਿਜ਼ਮ ਦਾ ਜਿੰਨਾ ਵਿੱਚ ਉਹਦਾ ਇਲੈਕਟ੍ਰਿਕ ਹੈਗਾ ਕਿਉਂਕਿ ਉਹਨੇ ਉਹਨੇ ਰਿਅਲਾਈਜ਼ ਕੀਤਾ ਕਿ ਪਿਛਲੀ ਵਾਰੀ ਨਾਲ ਉਹਦੇ ਨਾਲ ਸਭ ਨੂੰ ਪਤਾ ਸੀਗਾ ਕਿ ਇਹ ਦੇਖੋ ਕਿੰਨਾ ਮਿਸ ਮੈਨੇਜ ਕੀਤਾ ਹੈ ਸਭ ਨੂੰ ਪਤਾ ਸੀ ਕਿਸ ਤਰ੍ਹਾਂ ਉਹਨੇ ਕੀ ਕਾਰਪੀ ਕੀਤੀ ਉਹਦੇ باوجود ਵੀ ਦੇਖੋ ਇੰਨੀ ਜਿਆਦਾ 71 ਮਿਲੀਅਨ ਪੀਪਲਸ ਨੇ ਉਹਨੂੰ ਵੋਟ ਪਾਈਏ ਇਹਦਾ ਮਤਲਬ ਹੀ ਵਿਲ ਬੀ ਰੈਲੇਵੈਂਟ ਐਟ ਲੀਸਟ 2024 ਜੀ ਗੁਰਿੰਦਰ ਜੀ ਯੂ نو ਤੁਸੀਂ ਇੱਕ ਬਹੁਤ ਇੰਟਰਸਟਿੰਗ ਪੁਆਇੰਟ ਇੱਥੇ ਰੇਜ਼ ਕੀਤਾ ਮੈਂ ਜ਼ਰੂਰ ਉਹਦੇ ਬਾਰੇ ਤੁਹਾਡਾ opinion ਲੈਣਾ ਚਾਹਨੀ ਆ ਬਿਕੋਜ਼ ਆਈ ਥਿੰਕ ਬਹੁਤ ਬਹੁਤ ਜ਼ਿਆਦਾ ਲੋਕੀ ਇਸ ਚੀਜ਼ ਬਾਰੇ ਸੋਚ ਰਹੇ ਹੋਣੇ ਆ ਕਿ ਕਿਉਂ রাইਟ ਜੋ ਚੀਜ਼ ਤੁਸੀਂ ਕਹੀ ਹੈ ਬਿਲਕੁਲ ਸਹੀ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਹਰ ਇੱਕ ਬੱਚੇ ਨੂੰ ਪਤਾ ਹੈ ਪ੍ਰੈਜ਼ੀਡੈਂਟ 트ੰਪ ਕਿਸ ਤਰ੍ਹਾਂ ਦੇ ਇੱਕ ਹਿਊਮਨ ਬੀਇੰਗ ਹਨ ਕਿਸ ਤਰ੍ਹਾਂ ਦੇ ਬਿਜ਼ਨਸਮੈਨ ਹਨ ਕਿਸ ਤਰ੍ਹਾਂ ਦੇ ਲੀਡਰ ਕਿਸ ਤਰ੍ਹਾਂ ਦੇ ਪੋਲਿਟਿਸ਼ੀਅਨ ਹਨ ਆਮੋਸ ਦੇ ਬਾਵਜੂਦ ਭਾਵੇਂ ਤੁਸੀਂ ਉਸ ਚੀਜ਼ ਨਾਲ ਸਹਿਮਤੀ ਰੱਖਦੇ ਹੋ ਐਗਰੀ ਕਰਦੇ ਹੋ ਉਸ ਤਰ੍ਹਾਂ ਦੇ ਬਿਹੇਵੀਅਰ ਦੇ ਨਾਲ ਲੋਕਾਂ ਨੇ ਇੰਨੇ ਵੱਡੇ ਲੈਵਲ ਤੇ ਇਹਨਾਂ ਨੂੰ ਸਪੋਰਟ ਪਾਈ ਤੁਹਾਨੂੰ ਕਿਉਂ ਲੱਗਦਾ ਹੈ ਕਿ ਕਿਉਂ ਇਸ ਤਰ੍ਹਾਂ ਦੀ ਇੰਨੀ ਵੱਡੀ ਸਪੋਰਟ ਪ੍ਰੈਜ਼ੀਡੈਂਟ 트럼ਪ ਨੂੰ ਮਿਲੀ ਹੈ ਬਾਅਦੂਦ ਇਨ ਚੀਜ਼ਾਂ ਦੇ ਉਹਦਾ ਮੇਨ ਰੀਜ਼ਨ ਇਹ ਹੈਗਾ ਕਿ ਦੇਖੋ ਜੇ ਅਸੀਂ ਇਹ ਕਹੀਏ ਨਾ ਕਿ ਔਰ ਨਾਈਟ ਜੋ ਸਿਵਰਾਈਟਸ ਤੋਂ ਬਾਅਦ ਇੱਕਦਮ ਚਲਿਆ ਗਈ ਤੁਹਾਡੀ ਜਿਹੜੀ ਇਹ ਰੈਸਿਜ਼ਮ ਚਲਿਆ ਗਿਆ ਰੈਸਿਜ਼ਮ ਨਹੀਂ ਗਿਆ ਰੈਸਿਜ਼ਮ ਤਾਂ ਅੰਦਰਖਾਤੇ ਅਲਰੇਡੀ ਹੈਗਾ ਹੋ ਰਹਿਗਾ ਇਟ ਵਿਲ ਟੇਕ ਟਾਈਮ ਪਰ ਕੀ ਹੋਇਆ ਕਿ ਜਿਹੜਾ ਸੋਸ਼ਲ ਮੀਡੀਆ ਸੀਗਾ ਜਿਨ੍ਹਾਂ ਲੋਕਾਂ ਕੋਲ ਹੈਜ਼ ਨੋ ਵੌਇਸ ਜਿਹੜੇ ਕੋਈ ਬਜ਼ੁਰਗ ਵੀ ਆ ਹੋਰ ਕਿਸੇ ਵੀ ਤਰ੍ਹਾਂ ਦੇ ਜਿਹੜੇ ਲੋਕ ਸਨ ਉਹ ਉਹਨਾਂ ਕੋਲ ਅੱਗੇ ਵੌਇਸ ਨਹੀਂ ਸੀ ਹੈਗੀ ਹੁਣ ਜਿਹੜਾ ਫਾਰ ਰਾਈਟ ਪ੍ਰੋਪਗੈਂਡਾ ਹੈਗਾ ਜਾਂ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਉਹਦੇ ਉੱਤੇ ਜਿਹੜਾ opinion ਛੇਤੀ ਬਣਾ ਸਕਦੇ ਨੇ ਜਿਤਨਾ ਕਿ ਤੁਸੀਂ ਦੇਖਿਆ ਕਿ opinion ਵਾਸਤੇ ਕਿੰਨਾ ਫੋਰਮ ਦਾ ਪ੍ਰੋਪਗੈਂਡਾ ਚੱਲਿਆ ਤਾਂ ਆਮ ਜਿਹੜਾ ਰੇਸਿਜ਼ਮ ਵਾਸ ਆਲਰੇਡੀ ਥੇਅਰ ਦੈਟਸ ਅ ਫੈਕਟ ਪਰ ਹੁਣ ਸਾਹਮਣੇ ਆਇਆ ਔਰ ਇਸ ਚੀਜ਼ ਨੂੰ ਅਸੀਂ ਅੰਡਰਮਾਈਨ ਨਹੀਂ ਕਰ ਸਕਦੇ ਇਸ ਖਾਸ ਕਰਕੇ ਜਿੰਨੀਆਂ ਮਨੋਰਟਿਸ ਨੇ ਜਾਂ ਇਮੀਗ੍ਰੈਂਟਸ ਕਮਿਊਨिटीज ਨੇ ਖਾਸ ਕਰ ਸਿੱਖ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀਆਂ ਨੇ ਸਾਨੂੰ ਸੋਚਣਾ ਚਾਹੀਦਾ ਕਿ ਰੇਸਿਜ਼ਮ ਇਜ਼ ਆਲਰੇਡੀ ਥੇਰ ਐਂਡ ਉਹਨੇ ਤਾਂ ਇਨਫਲੇਮ ਕੀਤਾ ਉਹਨੇ ਤਾਂ ਉਹਨੂੰ ਹਵਾ ਦਿੱਤੀ ਉਹਨੇ ਤਾਂ ਉਹਨੂੰ ਲੱਭ ਕੇ ਵੀ ਕਿਤੇ ਆ ਵੀ ਉਹ ਇੱਕ ਵਿਸਪਟਕ ਸਿਗਾ ਔਰ ਉਹਤੇ ਉਹਨੇ ਅਗ ਲਾਈਏ ਉਹ ਦੈਟ ਸੋ ਗੁਰਿੰਦਰ ਜੀ ਗੁਰਿੰਦਰ ਜੀ ਤੁਸੀਂ ਅਮ ਇਸ ਚੀਜ਼ ਦੇ ਨਾਲ ਫਿਰ ਸਹਿਮਤੀ ਰੱਖਦੇ ਹੋ ਅਗਰ ਇਹ ਸਟੇਟਮੈਂਟ ਕਹੀ ਜਾਏ ਥੈਟ ਪრეਜ਼ੀਡੈਂਟ 트ੰਪ ਨੇ ਰੇਸਿਜ਼ਮ ਨੂੰ ਇੱਕ ਪਲੇਟਫਾਰਮ ਦਿੱਤਾ ਕਿ ਰੇਸਿਸ ਲੋਕੀ ਉਹਨਾਂ ਦੇ ਪਿੱਛੇ ਜੁੜ ਕੇ ਹੋਰ ਇਮਪੋਲਡੈਂਟ ਹੋਏ ਆਪਣੀ ਗੱਲ ਨੂੰ ਖੁੱਲੇ ਆਮ ਰੱਖਣ ਲਈ। ਨਿਹਰਾ ਪਲੇਟਫਾਰਮ ਨੇ ਕੀਤਾ। ਉਹਨਾਂ ਨੇ ਉਹਨਾਂ ਉਹ ਜਿੰਨੇ ਜਿਹੜਾ ਰੇਸਿਜ਼ਮ ਸੀਗਾ ਨਾ ਉਹ ਬੜੇ ਇੱਕ ਸੌਫਟ ਸੀਗਾ ਉਹ ਇੱਕ ਰੇਸਿਜ਼ਮ ਦੀ ਬਜਾਇਕ ਸੌਫਟ ਕਾਰਨਰ ਸੀਗਾ ਵਾਈਟ ਲੋਕਾਂ ਵਾਸਤੇ ਵਾਈਟ ਲੋਕਾਂ ਦਾ ਵਾਈਟ ਲੋਕਾਂ ਵਾਸਤੇ ਇੱਕ ਸੌਫਟ ਕਾਰਨਰ ਸੀਗਾ ਲੇਕਿਨ ਇਹਨਾਂ ਨੇ ਸਿਰਫ ਉਹਨੂੰ ਇੱਕ ਪਲੇਟਫਾਰਮ ਹੀ ਦਿੱਤਾ ਇਹਨੇ ਉਹਨੂੰ ਟਵਿਸਟ ਐਂਡ ਟਵਿਕ ਕਰਕੇ ਇਗਨਾਈਟ ਕੀਤਾ ਔਰ ਆਪਣੇ ਸਾਹਬ ਦੇ ਨਾਲ ਉਹਦੇ ਉੱਤੇ ਤੇਲ ਪਾਇਆ ਐਨ ਉਸ ਚੀਜ਼ ਇਸ ਚੀਜ਼ ਨੂੰ ਕਹਿਣ ਤੋਂ ਬਾਅਦ ਤੁਸੀਂ ਫਿਰ ਅਮ ਕੀ ਕਮੈਂਟ ਦੇ ਸਕਦੇ ਹੋ ਅਬਾਊਟ ਆਲ ਆਫ ਦੀ ਇਮੀਗਰੈਂਟ ਪੋਪੂਲੇਸ਼ਨ ਜਿਨ੍ਹਾਂ ਨੇ 트੍ਰੰਪ ਨੂੰ ਸਪੋਰਟ ਕੀਤਾ ਜਿਹਦੇ ਵਿੱਚ ਸਾਡੇ ਆਪਣੀ ਕਮਿਊਨਿਟੀ ਵਿੱਚੋਂ ਕਿੰਨੇ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸਾਡੀ ਕਮਿਊਨਿਟੀ ਕਾਫੀ ਡਿਵਾਈਡਿਡ ਹੈਗੀ ਇਨ देयर ਸਪੋਰਟ ਫॉर 트੍ਰੰਪ ਆਈ ਮੀਨ ਸਾਡੇ ਲਾਸਟ ਪ੍ਰੋਗਰਾਮ ਦੇ ਵਿੱਚ ਵੀ ਕੁਝ ਇੰਡੀਆਨ ਐਪਲਿਸ ਵਾਲੇ ਆਪਣੇ ਸਾਥੀਆਂ ਨੇ ਕਿਹਾ ਕਿ ਹਾਂਜੀ ਅਪਾ 트੍ਰੰਪ ਨੂੰ ਵੋਟ ਪਾ ਰਹੇ ਇਨ ਫੈਕਟ ਅ ਫਲੋਰਿਡ ਆਫ ਦੇ ਵਿੱਚ ਜੋ ਲਾਟੀਨੋ ਵੋਟ ਉਸ ਏਰੀਆ ਦੇ ਵਿੱਚ ਮਾਇਆਮੀ ਡੇਡ ਕਾਉਂਟੀ ਓਵਰਵੇਲਮਿੰਗਲੀ ਪ੍ਰੈਜ਼ੀਡੈਂਟ 트ੰਪ ਨੂੰ ਮਿਲੀ ਸੋ ਹਾਊ ਡਸ ਦੈਟ ਮੇਕ ਆਈ ਮੀਨ ਕੀ ਤੁਸੀਂ ਹੋਂਦੇ ਬਾਰੇ ਕਮੈਂਟ ਕੀ ਦੇ ਸਕਦੇ ਹੋ ਅਜੇ ਕਹਾਸਾ ਨਹੀਂ ਕਿ ਦੇਖੋ ਕੋਈ ਵੀ ਤੁਸੀਂ ਦੇਖੋ ਅਮਰੀਕਾ ਇੱਕ ਇੰਡੀਪੈਂਡੈਂਟ ਮੁਲਕ ਹੈ ਔਰ ਖਾਸ ਕਰਕੇ ਇੱਥੇ ਤੁਸੀਂ ਮੈਂ ਇਹ ਨਹੀਂ ਕਿ ਮੈਂ ਗੁਰਿੰਦਰ ਸਿੰਘ ਮੈਂ ਜੇ ਆਪਣੇ ਭਰਾ ਨੂੰ ਕਵਾਂਗਾ ਕਿ ਉਹ ਮੇਰੇ ਪਾਇਜੀ ਸਾਰੇ ਸ਼ਹਿਰ ਨੂੰ ਕਵਾਂਗਾ ਜੀ ਮੈਂ ਗੁਰਦਾ ਦਾ ਪ੍ਰਧਾਨ ਹ ਤੁਸੀਂ ਸਾਰਿਆਂ ਨੂੰ ਰਿਪਬਲਿਕਨ ਨੂੰ ਪਾਣੀ ਐ ਡੈਮੋਕ੍ਰੇਟ ਪਾਣੀ ਨੋ ਇਸ ਡਸਨਟ ਹੈਪਨ ਦੈਟ ਵੇ ਅਸ ਦੇਖੋ ਵੀ ਨੀਡ ਟੂ ਕਨਵਿੰਸ ਵੀ ਨੀਡ ਟੂ ਸਾਡੇ ਜੇ ਸਾਡੇ ਜੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਨਵਿੰਸ ਨਹੀਂ ਕਰ ਸਕਦੇ ਨਾ ਅਸੀਂ ਉਹਨਾਂ ਨੂੰ ਫੋਰਸ ਵੀ ਨਹੀਂ ਕਰ ਸਕਦੇ ਫੋਰਸ ਕਰਕੇ ਤੁਸੀਂ ਉਹਦੇ ਕੋਲ ਕੁਝ ਵੀ ਨਹੀਂ ਕਰਾ ਸਕਦੇ ਫੋਰਸ ਕਰਕੇ ਮੈਂ ਨਹੀਂ ਪਾਉਂਦਾ ਤੁਸੀਂ ਸਾਰੇ ਝੂਠੇ ਹੋ ਵੀ ਹੈਵ ਟੂ ਕਨਵਿੰਸ ਬੇਸਡ ਔਨ ਆਵਰ ਲੌਜੀਕ ਦੇਖੋ ਹੁਣ ਐਸ ਟਾਈਮ ਲੌਜੀਕ ਇਹ ਨਹੀਂ ਹੈਗਾ ਕਿ ਅਸੀਂ 트럼ਪ ਨੂੰ ਤਾਂ ਵੋਟ ਨਹੀਂ ਪਾਣੀ ਲੇਕਿਨ ਜਿਹੜੀਆਂ ਪਾਰਟੀਆਂ ਨੇ ਹੁਣ ਜੇ ਤੁਸੀਂ ਇਹ ਸਾਲ ਆਓ ਕਿ ਜੇ ਐਸ ਟਾਈਮ ਜਿਹੜੀ ਰਿਪਬਲਿਕਨ ਪਾਰਟੀ ਆ ਇਟਸ ਅ 트럼ਪイズਮ ਕਾਈਂਡ ਆਫ ਠੀਕ ਹੈ ਹੋਣ ਜਿਹੜਾ ਹੁਣੇ ਹੀ ਤੁਸੀਂ ਗੱਲ ਦਸੀ ਕਿ 트াম্প ਦਾ ਜਿਹੜਾ ਜਿਹੜਾ ਰਿਪਬਲਿਕਨ ਪਾਰਟੀ ਹੈ ਦਾ 베이스 ਹੈ ਉਹ ਘਟਦਾ ਚਲਾ ਗਿਆ ਤੁਸੀਂ ਇੰਟਰੋਡਕਸ਼ਨ ਚ ਦੱਸਿਆ ਉਹਦਾ ਰੀਜ਼ਨ ਹੈ ਕਿ ਜਿਹੜੇ ਜਿਹੜਾ ਯੂਥ ਹੈ ਜਾਂ ਜਿਹੜੇ ਯੰਗ ਨੇ ਜਾਂ ਜਿਹੜੇ ਮੋਰ ਸੈਂਟਰਿਸਟ ਨੇ ਜਾਂ ਲਿਬਰਲ ਨੇ ਉਹ ਉਹਨਾਂ ਦੀ ਸਪੋਰਟ ਨਹੀਂ ਕਰਦੇ ਵੂਮਨਸ ਜਿਹੜੀਆਂ ਉਹਨਾਂ ਸਪੋਰਟ ਕਰਦੇ ਸੀ ਉਹ ਵੀ ਉਹਨਾਂ ਦੇ ਇਥੋਂ ਜਾਂਦੀਆਂ ਲੱਗੀਆਂ ਯੂਥ ਉਹਨਾਂ ਨੂੰ ਸਪੋਰਟ ਨਹੀਂ ਕਰ ਰਿਹਾ ਹੁਣ ਔਰ ਇਮੀਗ੍ਰੈਂਟਸ ਆਲਰੇਡੀ ਨਹੀਂ ਹੈਗੇ ਉਹਨਾਂ ਕੋਲ ਯੂ ਨੋ ਜਿਹੜੀਆਂ ਮਿਨੋਰਟੀਜ਼ ਨੇ ਉਹਨਾਂ ਕੋਲ ਨਹੀਂ ਹੈਗੀਆਂ ਉਹ ਜਿੰਨੀ ਜਿਸ ਤਰ੍ਹਾਂ ਜਿੰਨੀ ਉਹਦੇ ਚੋਂ ਪੂਰਾ 100% ਵਾਈਟ 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 ਉਹ ਵੀ 올ਡ ਵਾਈਟ ਜਿਹੜਾ ਕਿ ਹੁਣ ਜਿਹੜਾ ਕਿ ਵਾਈਟ ਜਿਹੜਾ ਸੀਗਾ ਜਿਹੜਾ ਪੜੇ ਲਿਖਿਆ ਵਾਈਟ ਸੀਗਾ ਹੁਣ ਅਨਪੜ ਵਾਈਟ ਹੈ ਕਹਿੰਦੇ ਜੀ ਮੂਰਖ ਮੂਰਖ ਜਿਹੜਾ ਬੰਦਾ ਨਾ ਉਹਨੂੰ ਰਾਜ ਦੇ ਦੇਣਾ ਨਾ ਬਹੁਤ ਜ਼ਿਆਦਾ ਗੜਬੜਾ ਗੜਬੜੀ ਕਰਦਾ ਉਹਦਾ ਇਹਨੇ ਕੀਤੀ ਹੈ ਜੀ ਬਹੁਤ ਸਮਝ ਬਕਸੇ ਦੇ ਹੈਗਾ ਕਿ ਐਸ ਟਾਈਮ ਦੇਖੋ ਰੀਜਨ ਸਾਡਾ ਇਹ ਹੋਣਾ ਚਾਹੀਦਾ ਹੈ ਕਿ ਜਿੱਥੇ ਵੀ ਤੁਸੀਂ ਹੈਗੇ ਹੋ ਜੇ ਜਿਹੜੇ ਸਟੇਟਸ ਤੁਸੀਂ ਰਹਿ ਰਹੇ ਹੋ ਕਿਉਂਕਿ ਆਪਾਂ ਜਿਹੜੀ ਸਿੱਖ ਕਮਿਊਨਿਟੀ ਏ ਬਹੁਤ ਸਕੈਟਰਡ ਹੈ 올 ਆਫ ਅਮਰੀਕਾ ਜਿਹੜੇ ਸਟੇਟ ਚ ਤੁਹਾਨੂੰ ਲੱਗਦਾ ਕਿ ਪਾਰਟੀ ਜੇ ਡੈਮੋਕ੍ਰੇਟਸ ਨੇ ਤੁਸੀਂ ਉਹਨਾਂ ਡੈਮੋਕ੍ਰੇਟਸ ਨਾਲ ਰਹੋ ਜੇ ਤੁਹਾਨੂੰ ਲੱਗਦਾ ਉਥੇ ਰਿਪਬਲਿਕਨਸ ਨਹੀਂ ਰਹਿਣਾ ਤਾਂ ਆਨੂ ਉਹਨਾਂ ਦੇ ਨਾਲ ਹੀ ਜੁੜ ਕੇ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦਾ ਇੱਕ ਫਾਇਦਾ ਵੀ ਹੈ ਮੇਰੇ ਤੇ ਹੰਬਰ ਰਿਕੁਐਸਟ ਹੈ ਕਿ ਤੁਸੀਂ ਜਿਹੜੀਆਂ ਰਿਪਬਲਿਕਨ ਪਾਰਟੀ ਏ ਭਾਵੇਂ ਕਿਸੇ ਵੀ ਸਟੇਟ ਚ ਤੁਸੀਂ ਉਹਨਾਂ ਨਾਲ ਜੁੜੋ ਜੇ ਉੱਥੇ ਸਾਡੇ ਵਰਗੇ ਉੱਥੇ ਜਾਣਗੇ ਉਹਨਾਂ ਨਾਲ ਜੁੜਨਗੇ ਤਾਂ ਹੀ ਅਸੀਂ ਉਹਨਾਂ ਸਾਡੀ ਗੱਲ ਉਹਨਾਂ ਦੇ ਨਾਲ ਕਰ ਸਕਾਂਗੇ ਵੀ ਵਿਲ ਸਟਾਰਟ ਦੀ ਕਨਵਰਸੇਸ਼ਨ ਵੀ ਵਿਲ ਹੈਵ ਸੇਟ ਓਨ ਦਾ ਟੇਬਲ ਔਰ ਇੱਕ ਹੋਰ ਅਪਰਚੂਨਿਟੀ ਇਹ ਵੀ ਹੈਗੀ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਲੱਗੇ ਹੁਣ ਜਿਹੜੀਆਂ ਬਲੈਕ ਕਮਿਊਨਿਟੀਜ਼ ਨੂੰ ਵੀ ਛੇਤੀ ਕਿਤੇ ਨਾਗੇ ਨਹੀਂ ਲੱਗ ਰਹੀਆਂ ਔਰ ਲਾਟੀਨੋਵਾਂ ਨਹੀਂ ਲੱਗ ਰਹੇ ਔਰ ਇੰਡੀਅਨਸ ਨੇ ਇਟ ਵਾਸ ਆਈ ਵਾਸ ਹੈਪੀ ਕਿ ਇੰਡੀਅਨਸ ਉਹਨਾਂ ਦੇ ਨਾਲ ਲੱਗ ਰਹੇ ਨੇ ਔਰ ਅੱਛਾ ਸਹੀ ਤਰੀਕੇ ਨਾਲ ਲੱਗ ਰਹੇ ਨੇ ਉਹ ਲੇਕਿਨ ਇਹ ਹੈਗਾ ਕਿ 트럼ਪ ਦੇ ਨਾਲ ਤੁਸੀਂ ਨਾਲ ਲੱਗਣਾ ਡਿਫਰੈਂਟ ਸਟੋਰੀ ਹੈ ਆਦਰਵਾਇਜ਼ ਅੰਟਲ ਵੀ ਗੈਟ ਇਨਟੂ ਦੀ ਕੋਰ of any uh, any party we will not be part of the uh, 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 conversation and Absolutely. that's why it's very important we G need G to be part of that ji i'm so glad gurdinder ji to see a point rakheya because saadi bhi eh hi koshish hai ke process vich involve hon sade viewers us uh, to baad involve hon to baad jo unna le sab to sahi option huga pawe republic in democratos ji no zarur chune i think choti ji break le ruk dya tusi kehte ne aaja gurdinder ji main puchna chahndi ha ke ki farak hai in the future of the republic? looking party and the future of Donald Trump but it take chote ji break le ruk diyan viewers to see bilkul isna zero program live jairega break to star break to baad saada swagat hai tusi dekh rahe ho ajj da mudda te gall ho rahi hai ki kal republican party lai kis tarah da lagda hai kis tarah da future is party layi set ho reha hai ਪრეਜ਼ੀਡੈਂਟ 트ੰਪ ਦੇ ਅੱਜ ਦੇ ਐਕਸ਼ਨਸ ਨੂੰ ਲੈ ਕੇ ਸੜਨ ਨਾਲ ਜੁੜੇ ਹਨ ਗੁਰਿੰਦਰ ਸਿੰਘ ਖਾਲਸਾ ਜੀ ਇੰਡੀਆਨਾਪੋਲਿਸ ਤੋਂ ਗ੍ਰਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਬੜੀ ਫਿਰ ਸਵਾਗਤ ਗ੍ਰਿੰਦਰ ਜੀ ਮੈਂ ਇਸ ਸੈਗਮੈਂਟ ਨੂੰ ਸ਼ੁਰੂਆਤ ਕਰਨਾ ਚਾਹੁੰਦੀ ਆ ਜਿੱਥੇ ਸਾਡੀ ਗੱਲ ਹੋ ਰਹੀ ਸੀ ਕਿ ਕਿਸ ਤਰ੍ਹਾਂ ਪრეਜ਼ੀਡੈਂਟ 트ੰਪ ਨੇ ਪਿਛਲੇ 4 ਜਾਂ 5 ਸਾਲਾਂ ਦੇ ਵਿੱਚ ਰਿਪਬਲਿਕਨ ਪਾਰਟੀ ਨੂੰ ਕੰਪਲੀਟਲੀ ਚੇਂਜ ਕਰਤਾ ਬਟ ਉਹਦੇ ਕਾਰਨ ਬਹੁਤ ਲੌਂਗ ਸਟੈਂਡਿੰਗ ਹਨ ਇਤਿਹਾਸਿਕ ਤੌਰ ਤੇ ਇਸ ਕੰਟਰੀ ਦੇ ਵਿੱਚ ਜੋ ਰੇਸਿਜ਼ਮ ਨੂੰ ਲੈ ਕੇ ਹਿਸਟਰੀ ਹੈਗੀ ਔਰ ਚੀਜ਼ ਨੂੰ ਪ੍ਰੈਜ਼ੀਡੈਂਟ 트੍ਰੰਪ ਨੇ ਇੱਕ ਜਗ੍ਹਾ ਦਿੱਤੀ ਕਵਾਜ਼ ਦਿੱਤੀ ਅਮ ਬਟ ਅਗਰ ਆਪਾਂ ਅੱਜ ਦੀ ਐਂਡ ਫਿਊਚਰ ਦੀ ਗੱਲ ਕਰੀ ਖਾਸ ਕਰਕੇ ਕਿ ਰਿਪਬਲਿਕਨ ਪਾਰਟੀ ਕਨਸਰਨਡ ਹੈਗੀ ਆ ਇਨ ਲੀਗਲ ਚੈਲੰਜਸ ਨੂੰ ਲੈ ਕੇ ਪ੍ਰੈਜ਼ੀਡੈਂਟ 트੍ਰੰਪ ਨੇ ਦੋ ਕੈਂਪੇਨ ਫੰਡਸ ਦੋ ਫੰਡਰੇਜ਼ਿੰਗ ਕਮੇਟੀਆਂ ਬਣਾਈਆਂ ਹਨ ਜਿਨ੍ਹਾਂ ਦੇ ਵਿੱਚ ਸ਼ਾਇਦ ਸਾਡੇ ਵਿਊਅਰਸ ਜੋ ਵੇਖ ਰਹੇ ਆ ਇਸ ਚੀਜ਼ ਨੂੰ ਕਨਫਰਮ ਕਰ ਸਕਦੇ ਆ ਕਿਉਂਕਿ ਅਗਰ ਉਨ੍ਹਾਂ ਨੇ ਰਿਪਬਲਿਕਨ ਪਾਰਟੀ ਨੂੰ ਜਾਂ ਪ੍ਰੈਜ਼ੀਡੈਂਟ 트੍ਰੰਪ ਦੀ ਕੈਂਪੇਨ ਨੂੰ ਡੋਨੇਸ਼ਨਸ ਦਿੱਤੀਆਂ ਜ਼ਰੂਰ ਉਨ੍ਹਾਂ ਨੂੰ ਕੋਈ ਮੈਸੇਜਸ ਆਏ ਹੋਣਗੇ ਰੀਸੈਂਟਲੀ ਕਿ ਪ੍ਰੈਜ਼ੀਡੈਂਟ 트੍ਰੰਪ ਦੀ ਇਲੈਕਸ਼ਨ ਡਿਫੈਂਸ ਦੇ ਫੰਡ ਲਈ ਤੁਸੀਂ ਕੰਟ੍ਰਿਬਿਊਟ ਕਰੋ ਤੁਹਾਡੀ ਲੋਡ ਹੈ ਇਸ ਚੀਜ਼ ਨੂੰ ਹੈਲਪ ਕਰਨ ਲਈ ਆਮ ਬਟ ਇਹ ਜੋ ਫੰਡਸ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਹੈਗਾ Make, trump make america great again committee kendaki's 60% of contributions will go towards campaign debt but the campaign already debt and 40% will go to the republican party committee jodujiwala in the committee nani banayam odh disclaimer that 50% of the donation will go to the campaigns general debt election that debt and the other half will go towards joiner the legal challenges excuse me legal challenges hun um none of it is going to the rnc so jado apar republican donors di gal karde ha right uh, jo bade level te donors han Kha, shayad kuch sanu vekh vi rahe hone hai is vele bade level medium small size unna nu no ki sochna chahida hai ki unna da jo uh, uh, is vele donation hai gi ਉਹ ਪ੍ਰੈਜ਼ੀਡੈਂਟ ਟਰੰਪ ਨੂੰ ਦੇ ਰਹੇ ਇੱਕ ਯੂ ਨੋ ਉਹਨਾਂ ਦੀ ਲਾਇਰਜ਼ ਦੀ ਫੀਸ ਨੂੰ ਪੇ ਕਰਨ ਲਈ ਉਹਨਾਂ ਦੀ ਪ੍ਰੀਵੀਅਸ ਇਲੈਕਸ਼ਨ ਡੈਟ ਨੂੰ ਰਿਟਾਇਰ ਕਰਨ ਲਈ ਜਾਂ ਉਹ ਪਾਰਟੀ ਦੀ ਤਰਫ ਉਹ ਡੋਨੇਸ਼ਨ ਜਾ ਰਹੀ ਹੈ ਐਂਡ ਇਸ ਵੇਲੇ ਪਾਰਟੀ ਨੂੰ ਉਸ ਡੋਨੇਸ਼ਨ ਦੀ ਬਿਲਕੁਲ ਲੋਡ ਹੈ ਜਿਸ ਤਰ੍ਹਾਂ ਆਪਾਂ ਪਹਿਲੇ ਦੱਸਿਆ ਜਾਰਜਿਆ ਦੇ ਵਿੱਚ ਦੋ ਸੈਨੇਟ ਸੀਟਸ ਜੈਪਰਡੀ ਵਿੱਚ ਹਨ ਜਿਹਦੇ ਨਾਲ ਸ਼ਾਇਦ ਰਿਪਬਲਿਕਨ ਪਾਰਟੀ ਦੀ ਸੈਨੇਟ ਮੈਜੋਰਿਟੀ ਲੂਜ਼ ਹੋ ਸਕਦੀ ਹੈ ਸੋ ਅਗਰ ਆਪਾਂ ਫਿਊਚਰ ਦੀ ਗੱਲ ਕਰੀਏ ਡੋਨਰਸ ਦੀ ਗੱਲ ਕਰੀਏ ਹਾਊ ਸ਼ੁੱਡ ਡੋਨਰਸ ਬੀ ਫੀਲਿੰਗ ਰਾਈਟ ਨਾਓ ਤੇ ਰਿਪਬਲਿਕਨ ਫੰਡਰੇਜ਼ਿੰਗ ਦੀ ਗੱਲ ਆਂਦੀ ਹੈ ਗੁਰਿੰਦਰ ਜੀ ਤੁਸੀਂ ਮਿਊਟ ਤੇ ਹੈਗੇ ਤੁਸੀਂ ਨਾ ਬਹੁਤ ਹੀ ਅਸ਼ਮਿਤਾ ਜੀ ਤੁਸੀਂ ਬੜਾ ਹੀ ਇੰਟੈਲੀਜੈਂਟ ਕੁਐਸਚਨ ਰੇਜ਼ ਕੀਤਾ ਔਰ ਇਹਨੂੰ ਆਮ ਜਿੰਨੇ ਵੀ ਹੈਗੇ ਨੇ 95% ਔਰ ਮੈਂ ਵੀ ਮੈਜੋਰਟੀ ਆਫ ਜਿਹੜੇ ਡੋਨਰਸ ਨੇ ਉਹ ਪਹਿਲਾਂ ਤਾਂ ਉਹਨਾਂ ਨੂੰ ਇੰਨਾ ਇਲੈਕਸ਼ਨਸ ਲਾਗਦਾ ਨਹੀਂ ਪਤਾ ਹੁੰਦਾ ਵੀ ਕਿ ਕਿਸ ਤਰ੍ਹਾਂ ਦੇਣਾ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਉਹਦੇ ਬਾਵਜੂਦ ਜਿਹੜਾ ਇਹ ਸਾਰਾ ਟਵਿਸਟ ਐਂਡ ਟਵਿਕ ਹੁੰਦਾ ਇਹ ਸੇਮ ਉਹੀ ਫਲਸਫੀ ਹੈ ਕਿ ਮੈਜੋਰਟੀ ਆਫ ਜਿਹੜੀਆਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਮੈਜੋਰਟੀ ਆਫ ਬਜਟ ਹੈ ਮੈਜੋਰਟੀ ਆਫ ਨਾਨ ਪ੍ਰੋਫਿਟ ਓਰਗੇਜੇਸ਼ਨਸ ਦਾ ਮੈਜੋਰਟੀ ਆਫ ਜਿਹੜਾ ਉਹਨਾਂ ਦਾ ਫੰਡ ਰੇジング ਜਿਹੜਾ ਬਜਟ ਹੁੰਦਾ ਉਹ ਉਹਨਾਂ ਦੇ ਆਪਣੇ ਕਾਰਜ ਉੱਤੇ ਲੱਗਦਾ ਹੈ 5 ਤੋਂ 7 ਤੋਂ ਵੱਧ ਤੋਂ ਵੱਧ 10% ਬਹੁਤ ਰੇ ਬਹੁਤ ਘੱਟ ਔਰਗੇਨਾਈਜੇਸ਼ਨ ਨੇ ਜਿਹੜੀਆਂ ਇਦਾਂ ਕਰਦੀਆਂ ਨੇ ਇਸੇ ਤਰੀਕੇ ਜਿੰਨੀਆਂ ਵੀ ਇਹ ਜਿਹੜੇ ਪੈਕਸ ਨੇ ਜਾਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਇਹਨਾਂ ਦੇ ਇਹਦੇ ਤੇ ਜਿਹੜੇ ਡਿਸਕਲੇਮਰ ਨੇ ਬੜੇ ਛੋਟੇ ਛੋਟੇ ਲਿਖੇ ਹੁੰਦੇ ਨੇ ਪਹਿਲਾਂ ਤਾਂ ਇਹਨੂੰ ਸਪਲਿਟ ਕਰ ਲੈਣੇ ਮੰਨ ਲਓ ਤੁਸੀਂ 5 ਜਨਮ ਤੁਸੀਂ ਫੰਡ ਦੇਣਾ ਉਹਨਾਂ ਨੇ ਕਹਿਣਾ ਜੀ ਇਹ 5 ਡਿਫਰੈਂਟ ਆਰਗੇਨਾਈਜੇਸ਼ਨ ਨੂੰ ਜਾਏਗਾ ਉਹ ਪੰਜਾਂ ਦਾ ਫਿਰ ਦੱਸ ਦਿੰਦੇ ਨੇ ਜੀ ਇਹਨਾਂ ਦਾ 80 ਤੋਂ 80% ਉਹਨਾਂ ਦੇ ਆਪਣੇ ਕੰਮ ਵਾਸਤੇ ਜਾਏਗਾ ਤੋ ਅਲਟੀਮੇਟਲੀ ði ਐਂਡ ਆਫ ði ਡੇ ਜਿਹੜਾ ਰੀਅਲ ਕੰਮ ਵਾਸਤੇ ਜਿਹੜਾ ਪੈਸਾ ਮੰਗਿਆ ਹੁੰਦਾ ਉਹਦੇ ਉੱਤੇ 5 ਤੋਂ 7 ਜਾਂ 10% ਜਾਂ 15% ਪੈਸਾ ਜਾਂਦਾ ਔਰ ਸਾਨੂੰ ਵੀ ਨੀਡ ਟੂ ਬੀ ਵੈਰੀ ਵਿਜੀਲੈਂਟ पर एट द एंड ऑफ द डे जिन्नू ਤੁਸੀਂ ਪੈਸਾ ਦੇ ਰਹੇ ਹੋ ਤੁਸੀਂ ਇਹ ਦੇ ਰਹੇ ਹੋ ਕਿ ਮੈਂ ਮੰਨ ਲਓ ਮੈਂ 트াম্প ਨੂੰ ਦੇ ਰਿਹਾ ਜਾਂ ਫਲਾਣਾ ਸੋ ਐਂਡ ਸੋ ਪਰਸਨ ਜਿਹੜਾ ਰਨ ਕਰ ਰਿਹਾ ਮੈਂ ਉਹਨੂੰ ਦੇ ਰਿਹਾ ਰਿਗਾਰਡਲੈਸ ਦੈਟਸ ਵਾਈ ਦੇ ਕੇਅਰਲੈਸ ਅਬਾਊਟ ਹਾਊ ਦੇ ਗੋਇੰ ਟੂ ਹੈਂਡਲ ਦੈਟ ਮਨੀ ਐਂਡ ਅਦਰ ਥਿੰਗ ਇਜ਼ ਉਹ ਵੀ ਇੰਨਾ ਜ਼ਿਆਦਾ ਨਹੀਂ ਕਰਦੇ ਕਿਉਂਕਿ ਜਿਹੜੀ ਜਿੰਨੇ ਵੀ ਫੰਡਸ ਦਿੱਤੇ ਨੇ ਤੁਸੀਂ ਪੋਲਿਟੀਕਲ ਪਾਰਟੀਆਂ ਨੂੰ ਦੋਜ਼ ਆਰ ਨਾਟ ਟੈਕਸ ਡਿਡਕਟਿਵੋ so that's why government us not care that much you know because jetu si bahut sara jada paisa inon dekh ke tax deductible le lende ho oh bhi government de utte hi government da jada khazana onu kaata pay reha so these there are technical reasons but tora question bada sahi hai par je is is ekho je question nu we kis tarah onu o di o di banter kida on o di o di distribution kis tarah karde ne je tusi sari cheez de piche jao ਇਹ ਇਹਦੇ ਵਿੱਚ ਇਹ ਹੁੰਦਾ ਕਿ ਜਿੰਨਾ ਵੀ ਮੈਜੋਰਟੀ ਆਫ ਦੋਸ ਜਿਹੜੇ ਪੋਲਿਟਿਸ਼ੀਅਨਸ ਰਿਗਾਰਡਲੈਸ ਐਨੀ ਪਾਰਟੀ ਉਹ ਤਾਂ ਸੈਲਫ ਇੰਟਰਸਟ ਜਾਂ ਸਪੈਸ਼ਲ ਇੰਟਰਸਟ ਉੱਤੇ ਕੰਮ ਕਰ ਰਹੇ ਨੇ ਐਂਡ ਮੈਜੋਰਟੀ ਆਫ ਥੈਮ ਆਰ ਹਿਪੋਕ੍ਰਿਟਸ ਜੀ ਗਿੰਦੇ ਜੀ ਕੁਝ ਕਾਲਰਸ ਨਾਲ ਜੁੜ ਚੁੱਕੇ ਸੁਣਨਦੇ ਉਹਨਾਂ ਦੇ ਵਿੱਚ ਆਇਸ ਸਤਿਕਾਰ ਤੁਸੀਂ ਔਨ 에ਰੋ ਹੈਲੋ ਸਤਿਕਾਰ ਜੀ ਤੁਸੀਂ ਬੋਲਦੇ ਹੋ ਜੀ ਲਾਟ ਹਾਂ ਜੀ ਸਰ ਦਸੋ ਤੁਹਾਡਾ ਕੀ ਕਮੈਂਟ ਹੈ ਇਸ ਟੌਪਿਕ ਨੂੰ ਲੈ ਕੇ ਮੇਰਾ ਤਾਂ ਇਹੀ ਹੈ ਜੀ ਭਈ ਆਰਪੋਲ ਪਾਰਟੀ ਇਹ ਇਹ ਬਚਾਣੀ ਚਾਹੁੰਦੇ ਆ ਤਾਂ ਇਹੋ ਜਿਹੇ ਜਿਹੜੇ ਰੁੜੀਵਾਰੀ ਵਿਚਾਰ ਹੈ ਉਹਨਾਂ ਵਿਚਾਰ ਵਾਲੇ ਇੱਕ ਲੀਡਰ ਆ ਉਹਨਾਂ ਨੂੰ ਉਹਨਾਂ ਨੂੰ ਸ਼ੰਟ ਆਊਟ ਕਰ ਦੇਣਾ ਚਾਹੀਦਾ ਵਿੱਚੋਂ ਪਾਰਟੀ ਨੂੰ ਤੇ ਪਾਰਟੀ ਚ ਨਹੀਂ ਰੱਖਣੇ ਚਾਹੀਦੇ ਅੱਜ ਅੱਜ ਵਾਰਡ ਲੈਵਲ ਤੇ ਵੀ ਜਿਹੜੇ ਲੋਕ ਸੋਚਦੇ ਆ ਨਾ ਬਈ ਤਾਂ ਵੀ ਪਛਾਣ ਖੇਚੀ ਸੋਚ ਵਾਲੇ ਲੋਕ ਆ ਇਨੇ ਕੋ ਟ੍ਰੰਪ ਕਹਿੰਦਾ ਜੀ ਇਹ ਕੋਰੋਨਾ ਦਾ ਵਾਇਰਸ ਸੀ ਪਹਿਲਾਂ ਡੈਮੋਕ੍ਰੇਟਾਂ ਕਾ ਨੇ ਭੇਜਿਆ ਸੀ ਜਿੰਦੀ ਹੁਣੇ ਪੰਦੇ ਨੂੰ ਜਦਾ ਮੋਦੀ ਕਰ ਰਿਹਾ ਪਰ ਇੰਡੀਆ ਦੇ ਵਿੱਚ ਉਸ ਤਰ੍ਹਾਂ ਦੇ ਇਕੱਲਾ ਨਾ ਇਦਾਂ ਚ ਪਾਰਟੀਆਂ ਨਹੀਂ ਚੱਲਦੀਆਂ ਇਹ ਨਹੀਂ ਪੁਰਲ ਪਾਰਟੀ ਹੋਰ ਵੀ ਜੇ ਮੈਂ ਸਮਝਦਾ ਕੋਈ ਨੁਕਸਾਨ ਕਰੂਗਾ ਬਸ ਇੰਨੀ ਗੱਲ ਹੈ ਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ ਸਰ ਬਹੁਤ ਤੁਹਾਡੇ ਵਾਈਜ਼ ਵਰਡ ਸੀਗੇ ਗੁਰਿੰਦਰ ਜੀ ਓਕੇ ਸੋ ਕਮਿੰਗ ਬੈਕ ਟੂ ਦਾ ਫਿਚਰ ਆਫ ਦਾ ਪਾਰਟੀ ਸੋ ਇਸ ਵਿਲੇ ਰਿਪਬਲਿਕਨ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਸਾਨੂੰ ਇਹ ਪੁਆਇੰਟ ਰੱਖਿਆ ਹੈ ਕਿੰਨੇ ਸਾਰੇ ਰਿਪਬਲିକਨ ਇਲੈਕਟਡ ਅਫੀਸ਼ੀਅਲਸ ਹੌਪਫੁਲਸ ਹਨ ਹਰ ਇੱਕ ਲੈਵਲ ਤੇ ਲੋਕਲ ਸਟੇਟ ਫੈਡਰਲ ਲੈਵਲ ਤੇ ਜੋ ਸ਼ਾਇਦ ਅਪਾ ਕਹਿ ਸਕਦੇ ਆ ਥੋੜੇ ਡਰੇ ਹੋਏ ਐ ਕਿ ਅਗਰ ਉਹ 트럼ਪ ਦੇ ਖਿਲਾਫ ਜਾਂਦੇ ਖਾਸ ਕਰਕੇ ਹੁਣੇ ਜਦੋਂ ਇਹ ਸਾਰੀ ਇਲੈਕਸ਼ਨ ਨੂੰ ਲੈ ਕੇ ਇੱਕ ਮਤਲਬ ਤੁਸੀਂ ਕਹਿ ਲਓ ਜੋਸ਼ ਜਆ ਬਣਿਆ ਹੋਇਆ ਹੈ ਹੈਨਾ ਬੇਸ ਦੇ ਵਿੱਚ ਜੋ ਰਿਪਬਲਿਕਨ ਐਂਡ 트럼ਪ ਦਾ ਬੇਸ ਹੈਗਾ ਉਹਨਾਂ ਦੇ ਵਿੱਚ ਇੰਨੀ ਅੱਗ ਲੱਗੀ ਹੋਈ ਹੈ ਕਿ ਇਸ ਇਲੈਕਸ਼ਨ ਨੂੰ ਆਪਾਂ ਫਾਈਟ ਕਰਨਾ ਹੀ ਕਰਨਾ ਹੈ ਇਸ ਰਿਜ਼ਲਟ ਨੂੰ ਲੈ ਕੇ ਅਗਰ ਉਸ ਜੋਸ਼ ਉਸ ਬੇਸ ਦੇ ਖਿਲਾਫ ਇਹ ਆਪਣੀ ਆਵਾਜ਼ ਰੱਖਦੇ ਹੈ ਕਿ ਉਹ ਉਹਨਾਂ ਨੂੰ ਬਹੁਤ ਭਾਰੀ ਪੈ ਸਕਦੀ ਹੈ ਉਨਾ ਦਾ ਪੋਲੀਟੀਕਲ ਫਿਊਚਰ ਜੈਪਰਡਾਈਜ਼ ਹੋ ਸਕਦਾ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਮੈਨੂਵਰ ਕਰਨਾ ਚਾਹੀਦਾ ਹੈ ਸਿਚੁਏਸ਼ਨ ਨੂੰ ਕੀ ਜ਼ਰੂਰਤ ਹੈ ਰਿਪਬਲਿਕਨ ਪਾਰਟੀ ਨੂੰ ਇਸ ਵੇਲੇ ਕਰਨ ਦੀ ਖਾਸ ਕਰਕੇ ਲੀਡਰਸ਼ਿਪ ਨੂੰ ਨਹੀਂ ਮੈਨੂਵਰ ਤਾਂ ਕਰ ਹੀ ਰਹੇ ਨੇ ਉਹ ਸਾਰੇ ਹੁਣ ਇਨਡਾਇਰੈਕਟਲੀ 트੍ਰੰਪ ਦੀ ਬੋਲੀ ਬੋਲਣ ਲੱਗ ਗਏ ਨੇ ਔਰ ਇਵੈਂਚੁਅਲੀ ਕੀ ਹੋਏਗਾ ਕਿ ਜਿਹੜਾ ਦੋ ਆ ਦੋ ਮਹੀਨੇ ਚ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਕਿ ਸ਼ਾਰਟ ਟਰਮ ਦੇ ਵਿੱਚ ਹਜੇ ਕਿ ਜਿਸ ਤਰ੍ਹਾਂ ਹਜੇ ਰੀਕਾਉਂਟਿੰਗ ਚੱਲ ਰਹੀ ਹੈ ਸ਼ਾਰਟ ਟਰਮ ਦੇ ਵਿੱਚ ਜਿਹੜਾ ਜੀਓਪਿਟ ਖਾਸ ਕਰਕੇ ਸੈਨਟ ਲੀਡਰਸ਼ਿਪ ਹੈ which milkan ਵਾਲਾ ਹੈ ਉਹਨੂੰ ਉਹਨੂੰ ਉਹਦੀ ਬਹੁਤ ਜ਼ਰੂਰਤ ਹੈ ਐਂਡ ਪਰ ਇਹ ਹੈਗਾ ਕਿ ਲੌਂਗ ਟਰਮ ਕਨਸੀਕਵੈਂਸ ਜੇ ਨੇ ਕਿ ਹੀ ਇਸ ਚੂਜ਼ਿੰਗ ਪਾਰਟੀ ਓਵਰ 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 ਦ ਨੇਸ਼ਨ

ਤੁਸੀਂ ਇਹ ਹਿਸਾਬ ਨਾਲ ਇੱਕ ਐਗਜ਼ਾਮਪਲ ਲਓ ਹੁਣ ਅਮਰੀਕਾ ਇੱਕ ਵਨ ਆਫ ਦੀ ਬੈਸਟ ਕੰਟਰੀ ਇਨ ਦਾ ਵਰਲਡ ਹੈ ਇੱਥੇ ਬਹੁਤ ਲੋਕ ਬਹੁਤ ਥਾ ਮਤਲਬ ਕਿ ਵਟ ਹੂ ਮੇਡ ਇਟ ਬੈਸਟ ਆਪਾਂ ਇਹ ਕਹਿੰਨਾ ਕਿ ਪੂਰੇ ਦੁਨੀਆ ਤੋਂ ਵਾ ਅੱਛੇ ਤੋਂ ਅੱਛਾ ਦਿਮਾਗ ਅੱਛੇ ਅੱਛਾ ਦਾ ਬ੍ਰੇਨ ਬੈਸਟ ਆਫ ਦੀ ਬੈਸਟ ਬ੍ਰੇਨ ਗਾਡ ਇਨਟੂ ਥਿਸ ਕੰਟਰੀ ਮੇਡ ਇਟ ਦਾ ਬੈਸਟ ਵਨ ਹੁਣ ਇਹ ਸਾਬ ਲਗਾਓ ਕਿ ਅਮਰੀਕਾ ਕਹਨ ਲੈ ਨਹੀਂ ਸੀ ਗਿਆ ਜਿਹੜੇ ਜਿਹਦੇ ਚ ਵੀ ਇੱਕ ਚਾਹਤ ਸੀ ਇੱਥੇ ਆਉਣ ਦੀ ਉਹ ਆਪ ਹੀ ਆਇਆ ਅਮਰੀਕਾ ਜਨੇਵੀ ਇਮੀਗ੍ਰੇਸ਼ਨ ਹੋਈ ਹੈ ਮੈਜੋਰਟੀ ਆਫ ਇਮੀਗ੍ਰੇਸ਼ਨ ਜਿਹੜੀ ਹੈ ਉਹ ਲੋਕਾਂ ਨੇ ਆਪ ਮੁਹਾਰੇ ਤੇ ਆਏ ਨੇ ਜਾਂ ਕਿਤੇ ਹੋਰ ਕੋਈ ਐਸਾ ਸ਼ਿਵਰਾਇ ਸ਼ੋਗ ਨੇ ਚਲੋ ਇਹਨਾਂ ਨੂੰ ਮਜਬੂਰੀ ਚ ਲਿਆਉਣਾ ਪਿਆ ਅਦਰਵਾਈਜ਼ ਫॉर द ਲਾਸਟ 2 3 ਹੰਡਰਡ ਈਅਰਸ ਮੈਜੋਰਟੀ ਆਫ ਪੀਪਲ ਕੇਮ ਟੂ ਦਿਸ ਕੰਟਰੀ ਵੋਲੰਟੇਰਲੀ ਉਹ ਕਿਉਂ ਆਏ ਕਿਉਂਕਿ ਉਹਨਾਂ ਉਹ ਇੱਥੇ ਆਏ ਉਹਨਾਂ ਨੇ ਇਸ ਕੰਟਰੀ ਨੂੰ ਬੈਟਰ ਬਣਾਇਆ ਇਹ ਨਹੀਂ ਕਿ ਇੱਥੇ ਬਹੁਤ ਵਧੀਆ ਕੰਟਰੀ ਸੀਗਾ ਕਿ ਨੇਟਿਵ ਅਮਰੀਕਨਸ ਨੇ ਵਨ ਆਫ ਦ ਬੈਸਟ ਕੰਟਰੀ ਬਣਾਤਾ ਹੋਏ ਇੱਕਦਮ ਸਾਰੇ ਆ ਗਏ ਜੀ ਇਸੇ ਤਰੀਕੇ ਨਾਲ ਹੀ ਟੇਕ ਇਟ ਸੀਰੀਅਸ ਜਿਹੜੀ ਵੀ ਪਾਰਟੀ ਤੁਹਾਨੂੰ ਸਹੀ ਨਹੀਂ ਲੱਗ ਰਹੀ ਉਸ ਪਾਰਟੀ ਦੇ ਵਿੱਚ ਇਨਵੋਲ ਹੋਵੋ ਖਾਸ ਕਰਕੇ ਇਸ ਟਾਈਮ ਸਾਨੂੰ ਇਹ ਚਾਹੀਦਾ ਕਿ ਇਹ ਤੋਂ ਪਹਿਲਾਂ ਕਿ ਇਹ ਬਹੁਤ ਜ਼ਿਆਦਾ ਵਾਈਡ 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 ਪਾਰਟੀ ਜਿਆਦਾ ਹੀ ਹੋਰ ਹੋ ਜਾਈਏ ਔਰ ਸਾਨੂੰ ਚਾਹੀਦਾ ਕਿ ਸਾਡੇ ਕੋਲ ਐਸ ਟਾਈਮ ਜਾਇਦਾ ਕਿ ਅਸੀਂ ਇਹਦੇ ਵਿੱਚ ਆਏ ਜਿਨੇ ਵੀ ਇਮੀਗ੍ਰੈਂਟਸ ਨੇ ਖਾਸ ਕਰਕੇ ਜਿਨੇ ਵੀ ਮਿਨੋਰਟੀਜ਼ ਨੇ ਜਿੰਨੀਆਂ ਵੱਦ-ਵਦ ਆਉਗੇ ਕਿਸੇ ਬੰਦੇ ਨੇ ਇਹ ਨਹੀਂ ਕਹਿਣਾ ਕਿ ਤੁਸੀਂ ਆਓ ਸਾਡੇ ਕੋਲ ਤੇ ਅਸੀਂ ਤੁਹਾਨੂੰ ਲੀਡਰਸ਼ਿਪ ਦੇਾਂਗੇ ਸਾਨੂੰ ਵਿੱਚ ਇਨਵੋਲ ਹੋਣਾ ਪਏਗਾ ਜਦੋਂ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਅਸੀਂ ਇਨਵੋਲ ਹੋ ਜਾਾਂਗੇ ਤੇ ਤਦਨ ਜਦੋਂ ਸਾਡੀ ਉਹਦੇ ਵਿੱਚ ਸੇਵ ਹੋ ਜੇਗੀ ਜਦੋਂ ਸਾਡੀ ਉਹਦੇ ਵਿੱਚ ਲੈਵਰੇਜ ਹੋ ਜੇਗੀ ਉਦੋਂ ਸਾਡੀ ਗੱਲ ਸੁਣਨਗੇ ਜੀ ਇਹ ਦੈਟਸ ਦੈਟ ਹਾਊ ਇਟ ਸ਼ੁੱਡ ਬੀ ਐਂਡ ਦੈਟਸ ਹਾਊ ਇਟ ਇਜ਼ ਗੋਇੰ ਟੂ ਬੀ ਇਟ ਡਿਪੈਂਡਸ ਕਿ ਹੂ ਵਿਲ ਟੇਕ ਦ ਇਨੀਸ਼ੀਏਟਿਵ ਇਹ ਮੇਨ ਮੈਂ ਰਿਕੁਐਸਟ ਕਰਨਾ ਚਾਹਨਾ ਆਪਣੇ ਜਿੰਨੇ ਵੀ ਖਾਸ ਕਰਕੇ ਸਿੱਖ ਭਾਈਚਾਰਾ ਇੰਡੀਅਨ ਭਾਈਚਾਰਾ ਜਾਂ ਸਾਊਥ ਏਸ਼ੀਅਨ ਭਾਈਚਾਰਾ ਸਾਨੂੰ ਜਿਹੜੀ ਵੀ ਪਾਰਟੀ ਸਾਨੂੰ ਇਹ ਲੱਗਦਾ ਵੀ ਇਹ ਪਾਰਟੀ ਜਿਹੜੀ ਹੈ ਇਮੀਗ੍ਰੈਂਟਸ ਦੀ ਨਹੀਂ ਹੈਗੀ ਅਸੀਂ ਉੱਥੇ ਜਾਵਾਂਗੇ ਕਿਉਂਕਿ ਸਾਨੂੰ ਦੋਨਾਂ ਪਾਰਟੀਆਂ ਦੀ ਲੋੜ ਹੈ ਕਿਉਂਕਿ ਪਾਰਟੀਆਂ ਦੇ ਵਿੱਚ ਨਾ ਕੋਈ ਪਰਮਾਨੈਂਟ ਦੋਸਤ ਨੇ ਨਾ ਕੋ ਪਰਮਨੈਂਟ ਦੁਸ਼ਮਨ ਨੇ ਲੇਕਿਨ ਸਾਡੇ ਪਰਮਨੈਂਟ ਇੰਟਰਸਟ ਨਾ ਹੋਤੇ ਹੈਗੇ ਨੇ ਨਾ ਕਿ ਜੇ ਹੁਣ ਜੇ ਰਿਪਬਲਿਕਨ ਪਾਰਟੀ ਵਜ਼ਾਰਤ ਦੇ ਵਿੱਚ ਹੈ ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚ ਵੀ ਸਾਡੀ ਸੇ ਹੋਵੇ ਚੇ ਡੈਮੋਕ੍ਰੇਟ ਪਾਰਟੀ ਹੈ ਉਹਦੇ ਵਿੱਚ ਵੀ ਸਾਡੀ ਸੇ ਹੋਵੇ ਅਸੀਂ ਦੇਖੋ ਉਹਨੂੰ ਨਹੀਂ ਕਰ ਸਕਦੇ ਖਾਸ ਕਰਕੇ ਹੁਣ ਜਿਹੜਾ ਸਟੇਕ ਦੇ ਉੱਤੇ ਜ਼ਿਆਦਾ ਕੁਝ ਲੱਗਾ ਕਿਉਂਕਿ ਅਸੀਂ ਇਹ ਦੇਖ ਲਿਆ ਕਿ ਕਿੰਨਾ ਜ਼ਿਆਦਾ ਰੇਸਿਜ਼ਮ ਹੈ ਇਸ ਇਲੈਕਸ਼ਨ ਦੇ ਵਿੱਚ బిਗੇਸਟ ਟੇਕ ਇਨ ਥਿਸ ਇਲੈਕਸ਼ਨ ਇਜ਼ ਕਿ ਰੇਸਿਜ਼ਮ ਇਜ਼ ਥੇਅਰ ਐਂਡ ਇਟਸ ਰੀਅਲ ਐਂਡ ਇਟਸ ਗਰੋਇੰਗ Yes. all we can do be part of that party which is depleting ਜਿਹਦੇ ਵਿੱਚ ਸਾਰੇ ਭੱਜ ਰਹੇ ਨੇ ਤੁਸੀਂ ਉਹਦੇ ਵਿੱਚ ਜਾਓ ਤਾਂ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ ਇਹ ਮੇਰੀ ਹੰਮ ਰਿਕੁਐਸਟ ਹੈ ਆਪਣੇ ਭੈਣ ਜੀ 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 ਆਈ ਥਿੰਕ ਗੁਰਿੰਦਰ ਜੀ ਤੁਸੀਂ ਬਹੁਤ ਹੀ ਇਥੇ ਇੱਕ ਆਪਾਂ ਕਹਿ ਸਕਦੇ ਹਾਂ ਯੂਨੀਫਾਈਂਗ ਰਿਸਪੌਂਸ ਰੱਖਿਆ ਹੈ ਅਮ ਅਲਟੀਮੇਟਲੀ ਡੈਮੋਕਰਟ ਰਿਪਬਲਿਕਨ ਇੱਕ ਕੰਟਰੀ ਨਾ ਵੱਡਾ ਇਹਨਾਂ ਸਪਲਿਟ ਹੋਇਆ ਹੋਇਆ ਹੈ ਤੇ ਸਾਡੀ ਕਮਿਊਨਿਟੀ ਦੀ ਪ੍ਰੈਜ਼ੈਂਸ ਹਰ ਇੱਕ ਥਾਂ ਤੇ ਹੋਣੀ ਚਾਹੀਦੀ ਹੈ ਐਂਡ ਆਈ ਥਿੰਕ ਦੋਜ਼ ਆਰ ਦ ਬੈਸਟ ਵਰਡਸ ਜੋ ਸਾਡੇ ਵਿਊਅਰਸ ਇਸ ਵੇਲੇ ਸੁਣ ਸਕਦੇ ਆ ਗੁਰਿੰਦਰ ਜੀ ਅਮ ਇਨਫੋਰਚਨਲੀ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ ਅਮ ਜੋ ਲੋਕੀਏ ਇਸ ਵੇਲੇ ਸ਼ਾਇਦ ਇਸ ਪ੍ਰੋਸੈਸ ਦੇ ਵਿੱਚ ਪਹਿਲੀ ਵਾਰੀ ਇਨਵੋਲਵ ਹੋਏ ਹਨ ਜਾਂ ਉਹਨੂੰ ਗੌਰ ਦੇ ਨਾਲ ਵੇਖਿਆ ਹੈ कवरेज uh, वेखी है उन्होंने समझ रहे हैं हूँ अफकोर्स दिस इज नॉट अ नॉर्मल ईयर नॉर्मली इतने के पॉलिटिक्स एंड पॉलिसीज इस तरह नहीं प्लेआउट होंगे आम शायद वो नॉर्मल कभी अगे ना आए राइट बट रिगार्डलैस ਉਹਨਾਂ ਲਈ ਜੋ ਪਹਿਲੀ ਵਾਰੀ ਇਨਵੋਲਵ ਹੋ ਰਿਹਾ ਇਸ ਪ੍ਰੋਸੈਸ ਦੇ ਵਿੱਚ ਆਮ ਜੋ ਸ਼ਾਇਦ ਥੋੜੇ ਸਰਪ੍ਰਾਈਜ਼ਡ ਹੋਣ ਸ਼ਾਇਦ ਇਹ ਵੀ ਸੋਚਦੇ ਹੋਣ ਕਿ ਇਹ ਅਮਰੀਕਾ ਦੇ ਇਲੈਕਸ਼ਨ ਸੀਗਾ ਜਾਂ ਇਹ ਇੰਡੀਆ ਦਾ ਇਲੈਕਸ਼ਨ ਕੋਈ ਸੀਗਾ ਹੈਨਾ ਆਮ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਕੌਨਫੀਡੈਂਸ ਦੇਣ ਲਈ ਕਿ ਇੱਥੇ ਦਾ ਸਿਸਟਮ ਇਨ ਡਿਊਰਿੰਗ ਹੈ ਇੱਥੇ ਦਾ ਸਿਸਟਮ ਸਟਰੋਂਗ ਹੈ ਇਸ ਚੀਜ਼ ਨੂੰ ਵਿਥਸਟੈਂਡ ਕਰ ਸਕਦਾ ਹੈ ਦੇਖੋ ਮੈਂ ਤੇ ਇਹ ਕਹਾਂਗਾ ਕਿ ਦੇਖੋ ਇਹੜਾ ਮੌਲ ਖਾ ਇਹ ਪ੍ਰਿੰਸੀਪਲ ਜੇ ਦਿਖ ਲੋਤਾ ਰੂਲ ਆਫ ਲਾ ਦੇ ਉੱਤੇ ਖਲੋਤਾ ਹੈ ਇਟ ਇਜ਼ ਨਾਟ ਦੈਟ ਈਜ਼ੀ ਪਰ ਇਹ ਹੈ ਕਿ ਉਹਨੂੰ ਕਿਸੇ ਵੀ ਚੀਜ਼ ਨੂੰ ਜਦੋਂ ਤੁਸੀਂ ਝੂਠ ਨੂੰ ਕਹਿੰਦੇ 100 ਵਾਰੀ ਝੂਠ ਬੋਲੋ ਤਾਂ ਉਹ ਸੱਚ ਹੋ ਜਾਂਦਾ ਔਰ ਦੈਟਸ ਵਾਟ 트ੰਪ ਹੈਜ਼ ਆਲਰੇਡੀ ਪ੍ਰੂਵਡ ਤੋ ਇਸ ਕਰਕੇ ਸਾਨੂੰ ਇਹ ਡਰਨ ਦੀ ਲੋੜ ਤਾਂ ਨਹੀਂ ਹੈਗੀ ਕਿ ਇੱਕ ਦਾਅ ਉਹ ਕਿ ਇਹ ਤੇ ਕੋਈ ਦਿਸ ਇਜ਼ ਗੋਇੰ ਟੂ ਬੀ ਅ ਬਨਾਨਾ ਰਿਪਬਲਿਕ ਬਟ ਸਾਨੂੰ ਐਟ ਦ ਸੇਮ ਟਾਈਮ ਜਦੋਂ ਅਸੀਂ ਇਨਵੋਲਵ ਨਹੀਂ ਹੁੰਦੇ ਜਦੋਂ ਅਸੀਂ ਆਪਣੀ ਵੋਟ ਨਹੀਂ ਪਾਉਂਦੇ ਜਦੋਂ ਅਸੀਂ ਉਹਦੇ ਵਿੱਚ ਇੰਟਰਫੇਰੈਂਸ ਨਹੀਂ ਕਰਦੇ ਆਪਣੇ ਵਿੱਚ ਉੱਤੇ ਗੱਲਬਾਤ ਨਹੀਂ ਕਰਦੇ ਉਦੋਂ ਚਿਰ ਤੱਕ ਤੁਹਾਨੂੰ ਜਿਹੜਾ ਇਹ ਤੁਸੀਂ ਆ ਕੰਟਰੀਬਿਊਟਿੰਗ ਟੂ ਗੋ ਅਵੇ ਫਰਮ ਇਟ ਔਰ ਇਸ ਕਰ ਜੇ ਤੁਸੀਂ ਇਹਦੇ ਵਿੱਚ ਇਨਵੋਲਵ ਨਹੀਂ ਹੋਏ ਇਟ ਮੀਨਸ ਇਨਡਾਇਰੈਕਟਲੀ ਯੂ ਆਰ ਇਨਵੋਲਵਿੰਗ to take it the in other the other side ji bilkul bilkul it, it, uh, that is your uh, ਮਤਲਬ ਕਿ ਇੰਟਰਐਕਟਲੀ ਐਸ ਹਾਉ ਇਟ ਇਜ਼ ਉਹ ਜਿਸ ਤਰ੍ਹਾਂ ਹੁਣ ਹੈ ਕਿ ਹਰ ਕੋਈ ਚਾਹੁੰਦਾ ਕਿ ਯਾਰ ਜੇ ਮੈਂ ਇੱਕ ਬਾਟਲ ਪਲਾਸਟਿਕ ਦੀ ਬਾਟਲ ਯਾਰ ਮੇਰੀ ਇੱਕ ਸੁੱਟਣ ਦੇ ਨਾਲ ਐਡਾ ਵੱਡਾ ਬ੍ਰਹਮਾਂਡੇ ਵਿੱਚ ਕੀ ਹੋ ਜਾਣਾ ਉਹ ਇਦਾਂ ਸੋਚਦਾ 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 ਨਾ ਲੁੱਕ ਐਟ ਦੈਟ ਵੀ ਆਰ ਓਨ ਓਨ ਅ ਕਲਾਈਮਟ ਵਰਸ ਵੇਅਰ ਕੇ ਐਗਜ਼ਿਸਟੈਂਸ਼ੀਅਲ ਜਿਹੜੀ ਥ੍ਰੈਟ ਹੋ ਗਈ ਹੈ ਇਸ ਟਾਈਮ ਜੀ Ji, ji, uh, Grindra Singh Khalsaji from Indianapolis, founder, chairman of Six Pack Six Media. And of course, in Ulaki, Sardi Sikh community, uh Odita Koya pa appreciation. But thank you so much for taking the time and joy Sari uh, situation play out. Hodi ji to see Sannu e the Bari Janka, clarity diti, but most importantly, to see Sanu, Jada Kenina Hosla Vadaya Sarda Sariada by sharing your words. So thank you again for joining us. Have a good rest. ਸਟੂਅਰਟ ਆਫ ਯਰ ਨਾਈਟਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਜੀ ਐਨ ਮੈਂ ਤੁਹਾਨੂੰ ਇੱਥੇ ਸਿਰਫ ਇਹੀ ਸਵਾਲ ਪੁੱਛਣਾ ਚਾਹੁੰਦੀ ਆ ਕਿ ਅਗਰ ਤੁਸੀਂ ਰਿਪਬਲਿਕਨ ਹੋ ਤੁਸੀਂ ਕਿਸ ਤਰ੍ਹਾਂ ਇਸ ਪਾਰਟੀ ਦਾ ਫਿਊਚਰ ਵੇਖਦੇ ਹੋ ਅਗਰ ਤੁਸੀਂ ਟਰੰਪ ਸਪੋਰਟਰ ਹੋ ਤੁਹਾਨੂੰ ਫਰਕ ਵੀ ਪੈਂਦਾ ਹੈ ਕਿ ਰਿਪਬਲਿਕਨ ਪਾਰਟੀ ਉਹਨਾਂ ਦੇ ਪਿੱਛੇ ਆਈ ਨਹੀਂ ਹੈ ਇਹ ਤੁਸੀਂ ਕੀ ਵੇਖਣਾ ਚਾਹੁੰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਟਰੰਪ ਦੇ ਕੈਂਪ ਤੋਂ ਰਿਪਬਲਿਕਨ ਪਾਰਟੀ ਤੋਂ ਤੇ ਬਾਕੀ ਕੰਟਰੀ ਤੋਂ ਜੋ ਇਸ ਵੇਲੇ ਸੋਚ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੋਏਗੀ ਔਰ ਅੱਡੀ ਕਾਸਟ ਕਰਾਂਗੇ ਬ੍ਰੇਕ ਤੋਂ ਬਾਅਦ ਬੇਤਬਾਦ ਸਾਇਨ ਦਾ ਇੱਕ ਬਈ ਫਿਰ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਮੈਂ ਸਿਰਫ ਏਸੀ ਚੀਜ਼ ਨਾਲ ਪ੍ਰੋਗਰਾਮ ਦੀ ਅੱਜ ਸਮਾਪਤੀ ਕਰਨਾ ਚਾਹੁੰਦੀ ਆ ਕਿ ਇਸ ਕੰਟਰੀ ਦੇ ਵਿੱਚ ਬਹੁਤ ਆਈ ਆਈ ਥਿੰਕ ਆਪਾ ਸਾਰੇ ਬਹੁਤ ਡਿਵਾਈਡਡ ਹਨ ਬਟ ਇੱਕ ਚੀਜ਼ ਤੇ ਸਾਨੂੰ ਯੂਨੀਫਾਈ ਹੋਣਾ ਪੈਣਾ ਹੈ ਇਕੱਠੇ ਆਣਾ ਪੈਣਾ ਹੈ ਉਹ ਹੈਗੇ ਫੈਕਟਸ ਕੀ ਫੈਕਟਸ ਸਾਨੂੰ ਦੱਸਦੇ ਹੈ ਕਿ ਸਬੂਤ ਸਾਨੂੰ ਦੱਸਦਾ ਹੈ ਉਨ ਫੈਕਟਸ ਉਹ ਸਚਾਈ ਦੇ ਮੁਤਾਬਕ ਤੁਸੀਂ ਜਿਸ ਪਾਸੇ ਤੁਹਾਡੇ ਲਈ ਸਹੀ ਹੈਗੀ ਤੁਹਾਡੀ ਪੋਜੀਸ਼ਨ ਤੁਸੀਂ ਰੱਖ ਸਕਦੇ ਹੋ ਬਟ ਅਗਰ ਆਪਾਂ ਫੈਕਟਸ ਨੂੰ ਨਹੀਂ ਮੰਨਦੇ ਕਿ ਇੱਥੇ ਕੀ ਸੱਚ ਹੈ ਕਿ ਝੂਠ ਹੈ ਦੈਨ ਆਪਾਂ ਕਿਸ ਜੋਗੇ ਰਹਿ ਜਾਂਦੇ ਹਾਂ ਰਾਈਟ ਆਮ ਇੱਕ ਬਹੁਤ ਹੀ ਤੁਸੀਂ ਕਹਿ ਲਓ ਫੇਮਸ ਕੋਟ ਹੈਗੀ ਟੂ ਅਬੈਂਡਨ ਫੈਕਟਸ ਇਜ਼ ਟੂ ਅਬੈਂਡਨ ਫਰੀडम ਜੇ ਤੁਸੀਂ ਸਚਾਈ ਨੂੰ ਛੱਡਦਾ ਤੁਸੀਂ ਆਪਣੀ ਆਜ਼ਾਦੀ ਨੂੰ ਛੱਡਦਾ ਰਾਈਟ ਸੋ ਐਸ ਸੀ ਇਸ ਦਿਨ ਆਲ ਮੈਂ ਜਿਹੜਾ ਪ੍ਰੋਗਰਾਮ ਸਮਾਪਤ ਕਰਨਾ ਚਾਹੁੰਦੀ ਆਂ ਕਿ ਕੁਝ ਚੀਜ਼ਾਂ ਇਸ ਵੇਲੇ ਸਾਨੂੰ ਸੱਚ ਦੇ ਤੌਰ ਤੇ ਪ੍ਰੂਵ ਹੋ ਰਹੀਆਂ ਫੋਰ ਇਗਜ਼ੈਂਪਲ ਜਿੱਥੇ ਪ੍ਰੈਜ਼ੀਡੈਂਟ 트੍ਰੰਪ ਦੀ ਕੈਂਪੇਨ ਵੱਲੋਂ ਵਕ ਵਕ ਕਲੇਮਸ ਆ ਰਹੇ ਹਨ ਕਿ ਵੋਟਰ ਫਰਾਡ ਹੋਇਆ ਉਸ ਚੀਜ਼ ਨੂੰ ਲੈ ਕੇ ਕੋਈ ਸਬੂਤ ਨਹੀਂ ਹੈ ਇਨ ਫੈਕਟ 2 ਘੰਟੇ ਪਹਿਲੇ ਸਟੋਰੀ ਬ੍ਰੇਕ ਹੋਈ ਹੈ ਕਿ ਇੱਕ ਪੋਸਟਲ ਵਰਕਰ ਨੇ ਐਡਮਿਟ ਕੀਤਾ ਜਦੋਂ ਉਹਨੂੰ ਕੋਰਟ ਵਿੱਚ ਲੈ ਕੇ ਗਏ ਉਹਨੇ ਐਡਮਿਟ ਕੀਤਾ ਕਿ ਮੈਂ ਝੂਠ ਬੋਲਿਆ ਬੈਲਟ ਟੈਂਪਰਿੰਗ ਨੂੰ ਲੈ ਕੇ ਮੈਂ ਝੂਠ ਬੋਲਿਆ ਸੀ ਹੀ ਐਡਮਿਟਡ ਇਟ ਸੋ ਇਹ ਤਾਂ ਫੈਕਟਸ ਹਨ ਸੇਮ ਚੀਜ਼ ਅਗਰ ਤੁਸੀਂ ਦੇਖੋ ਹੁਣ ਨਵਾੜਾ ਵਿੱਚ ਕੀ ਹੋ ਰਿਹਾ ਰੀਕਾਉਂਟ ਨੂੰ ਲੈ ਕੇ ਉੱਥੇ ਅਲੈਜ ਕੀਤਾ ਜਾ ਰਿਹਾ ਹੈ ਕਿ 400000 ਬੈਲਟਸ ਨੂੰ ਕਿਸੇ ਇਨਸਾਨ ਨੇ ਨਹੀਂ ਵੇਖਿਆ ਇਸ ਕਰਕੇ ਉਹਨਾਂ ਦੇ ਵਿੱਚ ਗਲਤੀ ਹੈ ਵਾਂਸ ਅਗੇਨ ਇਹ ਚੀਜ਼ ਵੀ ਡਿਸਪਰੂਵ ਹੋਈ ਹੈ ਸੋ ਅਗਰ ਆਪਾਂ ਫੈਕਟਸ ਦੀ ਗੱਲ ਕਰਦੇ ਹਾਂ ਇਸ ਇਲੈਕਸ਼ਨ ਨੂੰ ਲੈ ਕੇ ਕੀ ਫੈਕਟਸ ਹਨ ਉਨ ਫੈਕਟ ਦੇ ਮੁਤਾਬਕ ਇਹ ਸਵਿਲੇ ਜੋ ਬਾਈਡਨ ਜਿੱਤ ਚੁੱਕੇ ਐ ਸਿਲੈਕਸ਼ਨ ਨੂੰ ਭਾਵੇਂ ਤੁਸੀਂ ਉਸ ਕੈਂਡੀਡੇਟ ਦੇ ਨਾਲ ਜਾਂ ਉਸ ਪਾਰਟੀ ਦੇ ਨਾਲ ਸਹਿਮਤੀ ਰੱਖਦੇ ਹੋ ਉਹ ਅਲੱਗ ਗੱਲ ਹੈਗੀ ਬਟ ਇੱਥੇ ਦਾ ਜੋ ਸਿਸਟਮ ਹੈ ਜੋ ਇੱਕ ਕਾਂਟੈਸਟ ਸੀਗਾ ਉਸ ਕਾਂਟੈਸਟ ਦੇ ਰੂਲਸ ਦੇ ਮੁਤਾਬਕ ਇੱਕ ਵਿਨਰ ਚੁਣਿਆ ਗਿਆ ਹੈ ਅਗਰ ਤੁਸੀਂ ਕਾਂਟੈਸਟ ਨੂੰ ਹਾਰਨ ਤੋਂ ਬਾਅਦ ਕਹਿੰਦੇ ਹੋ ਕਿ ਜੀ ਇਹ ਫੇਅਰ ਨਹੀਂ ਸੀਗਾ ਉਹ ਤਾਂ ਸਹੀ ਗੱਲ ਨਹੀਂ ਹੈ ਨਾ ਸੋ ਮੈਂ ਇਹ ਹੀ ਕਹਾਂਗੀ ਕਿ ਇੱਕ ਬਾਰੀ ਫਿਰ ਫੈਕਟਸ ਤੇ ਗੌਰ ਕਰੋ ਫੈਕਟਸ ਦੇ ਮੁਤਾਬਿਕ ਆਪਣਾ ਡਿਸੀਜਨ ਬਣਾਓ ਐਂਡ ਇਸ ਪ੍ਰੋਗਰਾਮ ਨੂੰ ਲੈ ਕੇ ਮੇਰੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਥਰੂ ਤੁਸੀਂ ਮੈਨੂੰ ਵੀ ਲਿਖ ਸਕਦੇ ਹੋ info@justbroadcasting.com ashmita@justbroadcasting.com ਹੁਣ ਮੈਨੂੰ ਦੇਵ ਇਜਾਜ਼ਤ ਸਸ੍ਰੀ ਕਾਲ